ਪਰੈਜੈਂਟੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ 2 ਮਿੰਟ ਆਪ ਜੀ ਦੇ ਲਵਾਂਗਾ ਗੁਰੂ ਸਾਹਿਬ ਕੋਲੋਂ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਦੇ ਵਿੱਚ ਵਾਸਤੇ ਨੇ ਗੁਰੂ ਸਾਹਿਬ ਸੋ ਆਪ ਜੀ ਸਾਰਿਆਂ ਸਾਰਿਆਂ ਕੋਲੋਂ ਮੈਂ ਅਗਿਆ ਲੈਣਾ ਚਾਹਾਂਗਾ ਇੱਕ ਛੋਟਾ ਜਿਹਾ ਸ਼ਲੋਕ ਪੜ੍ਹ ਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੀ ਪ੍ਰੈਜੈਂਟੇਸ਼ਨ ਹੈ ਉਸ ਨੂੰ ਅੱਗੇ ਕਰਾਂਗੇ ਵਾਹਿਗੁਰੂ ਸਤਨਾਮ ਜੀਓ ਸ਼ਲੋਕ ਦੰਡੋਟ ਬੰਦਨ ਅਨੇਕ ਬਾਰ कला समरथ डोलन तेराखो प्रभु नानक दे कर ह ਠੀਕ ਹੈ ਜੀ ਸੋ ਮੇਰੀ ਸ਼ੇਅਰ ਹੋ ਗਈ ਸਕਰੀਨ ਸਾਰਿਆਂ ਦੇ ਨਾਲ ਹਾਂਜੀ ਠੀਕ ਹੈ ਜੀ 올 ਰਾਈਟ ਸੋ ਅੱਜ ਦਾ ਟਾਪਿਕ ਜਿਸ ਤਰ੍ਹਾਂ ਆਪ ਜੀ ਨੇ ਸਾਰਿਆਂ ਨੇ ਦੇਖਿਆ ਉਹ ਸੀ ਅੰਮ੍ਰਿਤ ਵੇਲੇ ਦੇ ਉੱਤੇ ਜਿਹੜਾ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੌਥੇ ਹੁਕਮ ਬਾਰੇ ਹੈ ਉਹਨਾਂ ਦੇ 52 ਹੁਕਮ ਸੀਗੇ ਜਿਨ੍ਹਾਂ ਵਿੱਚੋਂ ਚੌਥਾ ਅੱਜ ਅਸੀਂ ਐਕਸਪਲੋਰ ਕਰਾਂਗੇ ਔਰ ਇੱਕ ਆਨਗoing ਪ੍ਰੈਜੈਂਟੇਸ਼ਨ ਸੀਰੀਜ਼ ਦਾ ਹਿੱਸਾ ਜਿੱਥੇ ਕਿ ਅ ਅਸੀਂ ਸਾਰੇ ਗੁਰੂ ਸਾਹਿਬ ਦੇ ਹੁਕਮ ਜਿਹੜੇ ਨੇ ਉਹਨਾਂ ਨੂੰ ਬਰੀਕੀ ਦੇ ਨਾਲ ਖੋਜਾਂਗੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਸਕਦੇ ਆ ਉਹ ਅਸੀਂ ਹੋਰ ਸਿੱਖਾਂਗੇ ਮੈਂ ਆਪ ਜੀ ਦੇ ਨਾਲ 2 ਮਿੰਟ ਰੀਕੈਪ ਕਰਨਾ ਚਾਹਾਂਗਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਹੁਕਮਾ ਬਾਰੇ ਉਹਨਾਂ ਨੇ 52 ਹੁਕਮ ਦਿੱਤੇ ਸੀਗੇ ਆਪਣੇ ਗੁਰ ਸਿੱਖਾਂ ਨੂੰ ਤਖਤ ਸਾਚਖੰਡ ਹਜ਼ੂਰ ਸਾਹਿਬ ਨੰਦੇੜ ਵਿੱਚ ਜਿੱਥੇ ਕਿ ਉਹਨਾਂ ਨੇ ਆਪਣੇ ਖਾਲਸੇ ਵਾਸਤੇ ਜਿਹੜਾ ਅਪਰੋਪਰੀਏਟ ਬਿਹੇਵੀਅਰ ਹੈ ਕਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਨੂੰ ਗੁਜ਼ਾਰਨਾ ਹੈ ਹਰ ਇੱਕ ਡੇ ਟੂ ਡੇ ਇਨਕਾਊਂਟਰ ਦੇ ਵਿੱਚ ਪਰ ਪੂਰੀ ਜ਼ਿੰਦਗੀ ਦੇ ਥਰੋਅਆਊਟ ਵੀ ਉਹਨਾਂ ਨੇ ਸਾਨੂੰ 52 ਹੁਕਮ ਦਿੱਤੇ ਸੀਗੇ ਉਹਨਾਂ ਨੇ ਇੱਕ ਡਾਕੂਮੈਂਟ ਤਿਆਰ ਕੀਤਾ ਗੁਰੂ ਸਾਹਿਬ ਨੇ ਜਿਸ ਤੇ ਉੱਤੇ ਉਹਨਾਂ ਦੀ ਮੋਹਰ ਹੈ ਉਹਨਾਂ ਦੇ ਸਿਗਨੇਚਰ ਨੇ ਉਹਨਾਂ ਦੀ ਖਸੀਲ ਹੈ ਔਰ ਇਹ ਡਾਕੂਮੈਂਟ ਜਿਹੜਾ ਹੈ ਉਹ ਸੰਗਤ ਵਾਸਤੇ ਅਵੇਲੇਬਲ ਹੈਗਾ ਗੁਰਦੁਆਰਾ ਪੌਂਟਾ ਸਾਹਿਬ ਵਿਊ ਕਰਨ ਵਾਸਤੇ ਸੋ ਜਿਸ ਤਰ੍ਹਾਂ ਕਿ ਮੈਂ ਆਪ ਜੀ ਨੂੰ ਦੱਸਿਆ ਸੀਗਾ ਅੰਮ੍ਰਿਤ ਵੇਲੇ ਉੱਠਣਾ ਇਹ ਗੁਰੂ ਸਾਹਿਬ ਦਾ ਚੌਥਾ ਹੁਕਮ ਸੀਗਾ ਜਿਸ ਦਾ ਕਿ ਅਰਥ ਬੜਾ ਹੀ ਸੌਖਾ ਹੈ ਕਿ ਅੰਮ੍ਰਿਤ ਵੇਲੇ ਦੇ ਸਮੇਂ ਦੇ ਵਿੱਚ ਇੱਕ ਗੁਰਸਿੱਖ ਨੂੰ ਉੱਠਣਾ ਚਾਹੀਦਾ ਔਰ ਇਹ ਸਾਡੇ ਵਾਸਤੇ ਇਸ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਸਾਰੇ ਆਈਸੋਲੇਟ ਕਰ ਰਹੇ ਆ ਘਰ ਬੈਠੇ ਆ ਕੋਵਿਡ ਕਰਕੇ ਤੇ ਹਰਾਨੀ ਦੀ ਗੱਲ ਇਹ ਹੈ ਵੈਸੇ ਹਰਾਨੀ ਦੀ ਤਾਂ ਨਹੀਂ ਗੱਲ ਪਰ ਇਹ ਬਹੁਤ ਇੰਟਰਸਟਿੰਗ ਗੱਲ ਹੈ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਮਹਾਰਾਜ ਦੇ ਜਿਹੜੇ ਹੁਕਮ ਨੇ ਉਹ ਉਦੋਂ ਵੀ ਇੰਨੇ ਰੈਲੇਵੈਂਟ ਸੀਗੇ ਜਿੰਨੇ ਕਿ ਅੱਜ ਨੇ ਔਰ ਕੋਵਿਡ ਵਰਗੇ ਬਿਮਾਰੀਆਂ ਦੇ ਦੌਰਾਨ ਇਹ ਹੁਕਮ ਜਿਹੜੇ ਨੇ ਇਹਨੇ ਜ਼ਿਆਦਾ ਰੈਲੇਵੈਂਟ ਹੋ ਜਾਂਦੇ ਨੇ ਕਿ ਅਸੀਂ ਅਕਸਰ ਭੁੱਲ ਜਾਂਦੇ ਆ ਸੋ ਅੱਜ ਇੱਕ ਨਮਾਣੀ ਜੀ ਕੋਸ਼ਿਸ਼ ਹੈ ਵੀ ਇਹ ਦੇਖਿਆ ਜਾਏ ਵੀ ਗੁਰੂ ਸਾਹਿਬ ਦਾ ਹੁਕਮ ਸਾਨੂੰ ਕਿਸ ਤਰ੍ਹਾਂ ਸਾਡੀ ਲਾਈਫ ਨੂੰ ਇਨਫੋਰਮ ਕਰ ਸਕਦਾ ਐ ਸਪੈਸ਼ਲੀ ਜਦੋਂ ਕਿ ਕੋਵਿਡ ਵਰਗੇ ਸਰਕਮਸਟੈਂਸਸ ਦੇ ਵਿੱਚ ਅਸੀਂ ਹੋਈ ਐ ਅੱਜ ਦੀ ਪ੍ਰੈਜੈਂਟੇਸ਼ਨ ਦੀ ਜਿਹੜੀ ਮੇਨ ਥੀਮ ਹੈ ਉਹ ਹੈ ਕਿ ਅੰਮ੍ਰਿਤ ਵੇਲਾ ਇੱਕ ਸਪਿਰਚੁਅਲ ਅਵੇਕਨੈਸ ਦਾ ਪੀਰੀਅਡ ਹੈ ਵੀ ਅੰਮ੍ਰਿਤ ਵੇਲੇ ਦੌਰਾਨ ਜਿਹੜਾ ਇੱਕ ਗੁਰਸਿੱਖ ਹੈ ਕੋਈ ਵੀ ਇੱਕ ਇੰਡੀਵਿਜੂਅਲ ਜਿਹੜਾ ਹੈ ਉਸ ਦਾ ਜਿਹੜਾ ਮਾਈਂਡ ਹੈ ਉਹ ਉਸ ਹੱਦ ਤੱਕ ਅਲਰਟ ਹੁੰਦਾ ਹੈ ਕਿ ਉਹ ਸਪਿਰਚੁਅਲੀ ਮਚ ਮੋਰ ਅਲਰਟ অর ਅਵੇਕ ਹੋ ਪਾਉਂਦਾ ਹੈ ਇਸ ਦਾ ਇੱਕ ਅਨਲੋਜੀ ਹੈ ਜਿਹੜੀ ਕਿ ਅਨੰਤ ਸਾਹਿਬ ਦੇ ਵਿੱਚ ਆਪ ਜੀ ਹਰ ਰੋਜ਼ ਪੜ੍ਹਦੇ ਹੋਗੇ ਜਿਹੜੀ ਕਿ ਮੈਂ ਆਪ ਜੀ ਦੇ ਸਾਹਮਣੇ ਰੱਖਣਾ ਚਾਹਾਂਗਾ ਕਾਈਂਡ ਆਫ ਲਾਈਕ ਅ ਅੰਬ੍ਰੇਲਾ ਥੀਮ ਵਾਸਤੇ ਜਿਹਨੂੰ ਕਿ ਅਸੀਂ बार-बार ਪ੍ਰੈਜੈਂਟੇਸ਼ਨ ਦੇ ਦੌਰਾਨ ਕਮ ਬੈਕ ਕਰਾਂਗੇ ਵੀ ਕਮ ਬੈਕ ਟੂ ਦਿਸ ਮੇਨ ਆਈਡੀਆ ਉਹ ਹੈ ਕਿ ਸਿਮ੍ਰਿਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਹ ਤਤੈ ਸਾਰ ਨਾ ਜਾਣੀ ਹੁਣੇ ਅਗਲੀ ਪੰਕਤੀ ਧਿਆਨ ਮਾ ਲਈ ਹੈ ਤਿਹੀ ਗੁਣੀ ਸੰਸਾਰ ਭ੍ਰਮ ਸੁਤਿਆ ਸੁਤਿਆ ਰੈਣ ਵਿਹਾਣੀ ਸੋ ਇਸਦਾ ਇਹ ਮਤਲਬ ਹੈ ਕਿ ਸਾਰਾ ਵਰਲਡ ਜਿਹੜਾ ਹੈ ਉਹ ਭ੍ਰਮ ਦੇ ਵਿੱਚ ਸੁਤਿਆ ਸੁਤਿਆ ਹੋਇਆ ਹੈ ਔਰ ਇੱਕ ਕਾਈਂਡ ਆਫ ਨਾਈਟ ਟਾਈਮ ਦੇ ਵਿੱਚ ਹੈ ਸਲੀਪਿੰਗ ਮੋਡ ਜਿਹ ਹੈ ਉਹਦਾ ਸੋਲੂਸ਼ਨ ਮਹਾਰਾਜ ਦਿੰਦੇ ਨੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਉਸ ਦਾ ਅਰਥ ਇਹ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਇੱਕ ਇਨਸਾਨ ਜਿਹੜਾ ਹੈ ਉਹ ਉੱਠ ਸਕਦਾ ਹੈ ਜਾਗ ਸਕਦਾ ਹੈ ਔਰ ਗੁਰੂ ਦੇ ਲੜ ਲੱਗ ਸਕਦਾ ਹੈ ਔਰ ਗੁਰੂ ਦੀ ਬਾਣੀ ਜਪ ਸਕਦਾ ਹੈ ਇਸ ਦਾ ਹਿਡਨ मीनिंग ਹਿਡਨ ਅਰਥ ਇਹ ਹੈ ਕਿ ਹਿਊਮਨਸ ਇਨ ਜਨਰਲ ਡਾਊਟ ਮਾਇਆ ਔਰ ਕਨਫਿਊਜ਼ਨ ਦੇ ਇੱਕ 슬ੀਪ ਦੇ ਵਿੱਚ ਫਸੇ ਹੋਏ ਨੇ ਜਿਸ 슬ੰਬਰ ਤੋਂ ਉੱਠਣ ਵਾਸਤੇ ਸਾਨੂੰ ਗੁਰੂ ਦਾ ਲੜ ਚਾਹੀਦਾ ਹੈ ਹੁਣ ਇਸ ਮੈਟਾਫੋਰ ਨੂੰ ਅਸੀਂ ਲਿਟਰਲੀ ਇਕੁਇਟ ਕਰਾਂਗੇ ਉਠਣ ਦੇ ਨਾਲ ਅੰਮ੍ਰਿਤ ਵੇਲੇ ਦੇ ਵਿੱਚ ਔਰ ਇਹ ਇੱਕ ਕਾਈਂਡ ਆਫ ਅਨਾਲਿਸਿਸ ਸਾਡਾ ਹੋਏਗਾ ਕਿ ਅੰਮ੍ਰਿਤ ਵੇਲੇ ਅਸੀਂ ਵਾਕੇ ਉਠ ਪਾਨੇ ਹਾਂ ਔਰ ਅੰਮ੍ਰਿਤ ਵੇਲੇ ਦੀ ਕੀ ਮਹੱਤਵ ਹੈਗੀ ਹੈ ਇਨ ਅਲਾਉਇੰਗ ਅਸ ਟੂ ਕਮ ਆਊਟ ਆਫ ਦਿਸ 슬ੀਪ ਜਿਸ 슬ੀਪ ਦੀ ਭ੍ਰੰ ਦੀ 슬ੀਪ ਗੁਰੂ ਅਮਰਦਾਸ ਜੀ ਸਾਨੂੰ ਇਸ ਪੰਕਤੀ ਦੇ ਵਿੱਚ ਦੱਸ ਰਹੇ ਨੇ ਸੋ ਇਹ ਸਾਡਾ ਮੇਨ ਥੀਮ ਹੈ ਕਿ ਅੰਮ੍ਰਿਤ ਵੇਲਾ スピリチュアル अवेकनेस ਦਾ ਇੱਕ ਯੂਨਿਕ ਟਾਈਮ ਪੀਰੀਅਡ ਹੈ 올 ਰਾਈਟ ਸੋ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਸਾਡੇ ਜੀਵਨ ਨੂੰ ਕਿਸ ਤਰ੍ਹਾਂ ਇੰਪੈਕਟ ਕਰਦਾ ਹੈ ਮੇਨ ਗੱਲ ਇਸ ਨੂੰ ਖੋਜਣ ਲੱਗਿਆ ਅਸੀਂ ਸ਼ੁਰੂ ਕਰਾਂਗੇ ਦਿਨ ਨੂੰ ਪੰਜ ਬੇਸਿਕ ਹਿੱਸਿਆਂ ਦੇ ਵਿੱਚ ਬ੍ਰੇਕ ਕਰਕੇ ਔਰ ਇੱਕ ਟਰੂ ਗੱਲ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਆਉਂਦਾ ਹੈ ਸਾਡੇ ਜਿਹੜੇ ਨਿਤਨੇਮ ਦੀਆਂ ਬਾਣੀਆਂ ਨੇ ਉਹ ਵੀ ਇਹਨਾਂ ਪੰਜ ਹਿੱਸਿਆਂ ਵਿੱਚ ਡਿਵਾਈਡਡ ਨੇ ਕਿਸੇ ਹੱਦ ਤੱਕ और गुरु साहब देवी जिन्हें भी सबू हु ने गुरी के फाइव डिफरेंट पीरियड्स ऑफ टाइम के अनुसार ने पहला है अमृत वेला फिर मॉर्निंग पीरियड फिर आफ्टरनून फिर ईवनिंग और फिर नाइट टाइम और असी इना हर एक पीरियड की थोड़ी जी खोज करा स्पेसिफिकली अमृत वेला और असी ये देखा कि अमृत वेला बाकी के चार पीरीयड्स ना इंपैक्ट कर दिया so शुरुआत करा थोड़ी जी डेफिनेशन दे नाल, ਕੀ ਅੰਮ੍ਰਿਤ ਵੇਲਾ ਹੈ ਕੀ ਹੁਣ ਆਲਦੋ ਇਥੇ ਤਿੰਨ ਚੀਜ਼ਾਂ ਲਿਖੀਆਂ ਹੋਈਆਂ ਨੇ ਔਰ ਹਾਈਂਡ ਸਾਈਡ ਦੇ ਵਿੱਚ ਆ ਰੀਅਲਾਈਜ਼ ਕਿ ਮੈਂ ਤੁਹਾਨੂੰ ਪਹਿਲੇ ਪੁੱਛਣਾ ਚਾਹੀਦਾ ਸੀਗਾ ਇਹ ਪਰ ਤੁਸੀਂ ਫਿਰ ਵੀ ਮੈਨੂੰ ਦੱਸ ਸਕਦੇ ਹੋ ਚੈਟ ਦੇ ਵਿੱਚ ਸਾਰੇ ਜਣੇ ਕਿ ਤੁਹਾਨੂੰ ਕੀ ਲੱਗਦਾ ਹੈ ਅੰਮ੍ਰਿਤ ਵੇਲਾ ਕੀ ਹੈ ਜ਼ਰੂਰੀ ਨਹੀਂ ਵੀ ਪ੍ਰੈਗਮੈਟਿਕ ਡਿਫੀਨੇਸ਼ਨ ਹੋਏ ਇਟ ਕੈਨ ਜਸਟ ਬੀ ਜੋ ਤੁਹਾਨੂੰ ਲੱਗਦਾ ਹੈ ਵੀ ਅੰਮ੍ਰਿਤ ਵੇਲਾ ਹੈ ਕੀ ਫਿਰ ਅਸੀਂ ਅੱਗੇ ਜਾਵਾਂਗੇ तो चैट बॉक्स चैटबॉक्स संगत जी अपने विचार सजे करो भी अमृत वेला की हुंदा है ठीक है मैं अबाउट हंड्रेड सेकंड्स और वेट करा And then a pajama game. Okay. Two more responses. There are pajama game. Okay. भी सैकेंड रह गए जे किसी भी होर संगत मैंबर ने अपने विचार पाने होने चैट ऑल राइट सो आप जी ने सार्या ने बहुत ही अच्छे ढंग के अमृत वेला डिस्क्राइब किया और फैक्ट ऑफ द मैटर ये है संगत जी कि अमृत वेले के बहुत सारे डेफिनेशन ने जिस तरह कि अज की प्रजेंटे असी सीखा पर जीड ऑफ बेसिक ਅੰਡਰਸਟੈਂਡਿੰਗ ਹੈਗੀ ਹੈ ਸਾਡੀ ਅੰਮ੍ਰਿਤ ਵੇਲੇ ਬਾਰੇ ਉਹ ਹੈ ਕਿ ਪਹਿਲੀ ਗੱਲ ਗੁਰਬਾਣੀ ਦਾ ਇਹ ਮਤ ਹੈ ਕਿ ਦਿਨ ਦੇ 8 ਪਹਿਰ ਹੁੰਦੇ ਨੇ 8 ਸੈਗਮੈਂਟ ਹੁੰਦੇ ਨੇ ਔਰ ਜਿਹੜਾ ਚੌਥਾ ਪਹਿਰ ਹੈ ਰਾਤ ਦਾ ਜਿਹੜਾ ਕਿ 3 ਤੋਂ 6 ਵਜੇ ਦਾ ਹੈ ਜਿਹੜਾ ਕਿ ਸੰਗਤ ਜੀ ਸੰਗਤ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਵੀ ਬੋਲਿਆ ਇਹਨੂੰ ਦੱਸਿਆ ਜਾਂਦਾ ਹੈ ਅੰਮ੍ਰਿਤ ਵੇਲਾ ਸੋ ਇਹ ਥੋੜੀ ਜੀ ਜਿਹੜੀ ਟਾਈਮ ਵਾਈਜ਼ ਲੌਜੀਕਲ ਐਕਸਪਲੇਨੇਸ਼ਨ ਹੋਗੀ ਪਰ ਜਿਹੜੀ ਥੋੜੀ ਜੀ ਫਿਲਾਸੋਫੀਕਲ ਸਪਿਰਚੁਅਲ ਡੈਫੀਨੇਸ਼ਨ ਹੈ ਜਿਹੜੀ ਕਿ ਬਹੁਤ ਜਨਰਲ ਹੈ ਉਸ ਨੂੰ ਅਸੀਂ ਹੋਰ ਰਿਫਾਈਨ ਵੀ ਕਰਾਂਗੇ ਅੱਗੇ ਉਹ ਇਹ ਹੈ ਕਿ ਅੰਮ੍ਰਿਤ ਵੇੜਾ ਉਹ ਸਮੇਂ ਹੈ ਜਦੋਂ ਕਿ ਸਾਡਾ ਮਾਈਂਡ ਸਾਡੀ ਕੌਨਸ਼ੀਅਸਨੈਸ ਸਾਡੀ ਅਵੇਅਰਨੈਸ ਇੱਕ ਬਹੁਤ সুইਟ ਔਰ ਲਵਿੰਗ ਕੈਰੈਕਟ੍ਰਿਸਟਿਕ ਦੇ ਵਿੱਚ ਆ ਜਾਂਦੀ ਹੈ ਔਰ ਇਹ ਆਪ ਜੀ ਦੇ ਨਾਲ ਅਸੀਂ ਹੋਰ ਦੇਖਾਂਗੇ ਪ੍ਰੈਜੈਂਟੇਸ਼ਨ ਦੇ ਵਿੱਚ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਪ੍ਰੇਮ ਨਾਲ ਵੀ ਇਕੁਏਟ ਕੀਤਾ ਉਹ ਵੀ ਅਸੀਂ ਦੇਖਾਂਗੇ ਸੋ ਵੈਰੀ ਗੁੱਡ ਸੋ ਪਹਿਲਾ ਇਹ ਹੈ ਚੀਜ਼ ਸਮਝਣ ਵਾਲੀ ਕਿ ਗੁਰੂ ਸਾਹਿਬ ਦਾ ਆਦੇਸ਼ ਕੀ ਹੈ ਗੁਰੂ ਸਾਹਿਬ ਦਾ ਹੁਕਮ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਲਿਖਿਆ ਹੈ ਜਿਸ ਦੇ ਨਾਲ ਕੀ ਉਹ ਸਾਨੂੰ ਇਹ ਦੱਸਦੇ ਨੇ ਕਿ ਅੰਮ੍ਰਿਤ ਵੇਲਾ ਇੰਪੋਰਟੈਂਟ ਹੈ ਮਲ ਇੱਕ ਪੰਕਤੀ ਹੈਗੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੋਂ ਜਿਹੜੀ ਕਿ ਸਾਨੂੰ ਦੱਸਦੀ ਹੈ ਕਿ ਅੰਮ੍ਰਿਤ ਵੇਲਾ ਜਿਹੜਾ ਹੈ ਉਸ ਨੂੰ ਅਸੀਂ ਕੀ ਕਰਨਾ ਹੈ ਉਸ ਵੇਲੇ ਔਰ ਸਾਨੂੰ ਇੱਕ ਫਰਮਾਨ ਦਿੰਦੇ ਨੇ ਉਹ ਇਹ ਹੈ ਉਠ ਇਸ্নান ਕਰੋ ਹੋ ਪਰਬਾਤੇ ਸੋਏ ਹਰ ਆਰਾਧੇ ਜਿਸ ਦਾ ਕੀ मीनिंग ਹੈਗਾ ਕਿ ਸਵੇਰੇ ਉੱਠ ਕੇ अर्ਲੀ ਆਵਰਸ ਦੇ ਵਿੱਚ ਇਸ্নান ਕਰੋ ਔਰ ਰਾਤ ਨੂੰ ਸੌਣ ਤੋਂ ਪਹਿਲੇ ਪਰਮਾਤਮਾ ਦਾ ਨਾਮ ਲਓ ਸੋ ਸਵੇਰੇ ਵੀ ਪਰਮਾਤਮਾ ਦਾ ਨਾਮ ਲਓ ਔਰ ਰਾਤ ਨੂੰ ਵੀ ਪਰਮਾਤਮਾ ਦਾ ਨਾਮ ਲਓ ਔਰ ਸਵੇਰੇ ਸਪੈਸੀਫਿਕਲੀ ਉੱਠ ਕੇ ਇਸ্নান ਕਰੋ ਇਹ ਸਾਨੂੰ ਦੋ ਬਹੁਤ ਜ਼ਰੂਰੀ ਚੀਜ਼ਾਂ ਦੱਸਦੀਆਂ ਨੇ ਨੰਬਰ 1 कि गुरु साहिब ने क्या भी दिन नु शुरू और खत्म किस तरह करना है परमात्मा ਦਾ ਨਾਮ ਲੈ ਕੇ ਐਂਡ ਨੰਬਰ 2 ਸਵੇਰੇ ਉੱਠ ਕੇ ਉਹਨਾਂ ਨੇ ਸਾਨੂੰ ਸਪੈਸੀਫਾਈ ਕਿਹਾ ਵੀ ਇਸ਼ਨਾਨ ਕਰਨਾ ਚਾਹੀਦਾ ਸੋ ਇਸ ਅੰਡਰਸਟੈਂਡਿੰਗ ਦੇ ਨਾਲ ਵੀ ਗੁਰੂ ਸਾਹਿਬ ਨੇ ਸਾਨੂੰ 2 ਬਾਉਂਡਸ ਆਫ ਦਿ ਡੇ ਫਸਟ ਬਾਉਂਡ ਜਿਹੜਾ ਕਿ ਮਾਰਨਿੰਗ ਹੈ ਔਰ ਰਾਤ ਨੂੰ ਸੌਣ ਵਾਲਾ ਉਸ ਦਾ ਆਲਰੇਡੀ ਇੱਕ ਹੁਕਮ ਦੇ ਦਿੱਤਾ ਹੈ ਦੱਸਦਾ ਵੀ ਇਹਨੂੰ ਕਿਸ ਤਰ੍ਹਾਂ ਕਰਨਾ ਹੈ ਹੁਣ ਅਸੀਂ ਉਸ ਫਰਸਟ ਬਾਉਂਡ ਨੂੰ ਥੋੜਾ ਜਿਹਾ ਐਕਸਪਲੋਰ ਕਰਾਂਗੇ ਉਹ ਹੈ ਅੰਮ੍ਰਿਤ ਵੇਲਾ ਸਪੈਸੀਫਿਕਲੀ ਉਹ ਕੁਐਸਚਨ ਆਨਸਰ ਕਰਾਂਗੇ ਕਿ ਸਵੇਰੇ ਉੱਠਣਾ ਜ਼ਰੂਰੀ ਕਿਉਂ ਹੈ ਅਸੀਂ ਬੜੇ ਆਰਾਮ ਦੇ ਨਾਲ 9 10 ਵਜੇ ਜਦੋਂ ਮਰਜ਼ੀ ਉੱਠ ਸਕਦੇ ਆ ਪਰ ਉਹ 3 ਤੋਂ 6 ਵਜੇ ਦੀ ਜਿਹੜੀ ਵਿੰਡੋ ਹੈ ਉਹ ਕਿਉਂ ਇੰਪੋਰਟੈਂਟ ਹੈ ਆਰਬਿਟਰੀ ਹੈ ਕਿ ਉਸ ਦਾ ਕੋਈ ਪਰਪਸ ਹੈ ਸੋ ਇਸ ਦਾ ਜਿਹੜਾ ਜਵਾਬ ਹੈ ਉਹ ਜਪਜੀ ਸਾਹਿਬ ਦੇ ਵਿੱਚ ਦਰਜ ਹੈ ਕਿਸ ਤਰ੍ਹਾਂ ਆਪ ਜੀ ਪੁੱਛੋਗੇ ਉਹ ਇਹ ਹੈ ਕੀ ਗੁਰੂ ਨਾਨਕ ਦੇਵ ਜੀ ਇੱਕ ਰਿਟੋਰਿਕਲ ਕੁਐਸਚਨ ਪੁੱਛਦੇ ਨੇ ਉਹ ਇਹ ਹੈ ਫੇਰ ਕਿ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਵੀ ਕਿਹੜੀ ਐਸੀ ਚੀਜ਼ ਰਖਾਂ ਜਿਸ ਤੇ ਨਾਲ ਕੀ ਉਸ ਪਰਮਾਤਮਾ ਦਾ ਦਰਬਾਰ ਮੈਨੂੰ ਮਿਲ ਸਕਦਾ ਹੈ ਵਟ டு ਆਫਰ ਕੀ ਆਫਰ ਕਰਾਂ ਜਿਹੜਾ ਕਿ ਮੈਨੂੰ ਉਸ ਦੇ ਰਾਇਲ ਕੋਰਟ ਦੇ ਵਿੱਚ ਲੈ ਕੇ ਜਾਏਗਾ ਉਸ ਦਾ ਜਵਾਬ ਵੀ ਖੁਦ ਗੁਰੂ ਨਾਨਕ ਦੇਵ ਜੀ ਸਾਨੂੰ ਫਿਰ ਦਿੰਦੇ ਨੇ ਸੈਕੰਡ ਕੁਐਸਚਨ ਪੁੱਛਦੇ ਨੇ ਰਾਦਰ ਮੋਹੋਂ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਮੈਂ ਕੀ ਐਸਾ ਬੋਲਾਂ ਕਿਹੜੇ ਐਸੇ ਲਫ਼ਜ਼ ਵਰਤਾਂ ਜਿਸ ਦੇ ਨਾਲ ਕਿ ਮੈਨੂੰ ਉਸ ਪਰਮਾਤਮਾ ਦਾ ਕਾਲਪੁਰ ਖਵਾਏ ਗੁਰੂ ਦਾ ਪਿਆਰ ਪ੍ਰੇਮ ਮਿਲ ਸਕੇ ਸੋ ਦੋ ਕੁਐਸਚਨ ਹੋ ਗਏ ਉਸ ਦਾ ਜਵਾਬ ਫਿਰ ਮਹਾਰਾਜ ਜੀ ਦਿੰਦੇ ਨੇ ਸਾਨੂੰ ਅਗਲੀ ਪੰਕਤੀ ਦੇ ਵਿੱਚ ਓਏ ਹੈ ਅੰਮ੍ਰਿਤ ਵੇਲਾ ਸਚਨਾਵ ਵਢਿਆਈ ਵਿਚਾਰ ਇਸ ਦਾ ਇਹ ਮਤਲਬ ਉਨ ਸਰ ਕੀ ਐਸਾ ਕਰਾਂ ਕੀ ਐਸਾ ਬੋਲਾਂ ਜਿਸ ਤਨਾ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ ਪਰਮਾਤਮਾ ਦਾ ਪ੍ਰੇਮ ਮਿਲੇਗਾ ਉਸ ਦਾ ਉੱਤਰ ਉਹਨਾਂ ਨੇ ਦਿੱਤਾ ਕਿ ਅੰਮ੍ਰਿਤ ਵੇਲੇ ਦੇ ਵਿੱਚ ਉਸ ਪਰਮਾਤਮਾ ਦੀ ਵਡਿਆਈ ਨਾਮ ਨੂੰ ਵਿਚਾਰਨਾ ਇਹ ਹੈ ਉਹ ਕਰਮ ਜਿਹੜਾ ਕਿ ਇੱਕ ਸਿੱਖ ਕਰ ਸਕਦਾ ਹੈ ਗੁਰੂ ਦਾ ਪ੍ਰੇਮ ਔਰ ਗੁਰੂ ਦੇ ਦਰਸ਼ਨ ਲੈਣ ਵਾਸਤੇ ਸੋ ਇੱਕ ਬਹੁਤ ਬੇਸਿਕ ਅੰਡਰਸਟੈਂਡਿੰਗ ਹੈਗੀ ਹੈ ਕਿ ਸਾਨੂੰ ਜੋ ਪਰਮਾਤਮਾ ਦੇ ਦੱਸਿਆ ਹੋਇਆ ਆਬਜੈਕਟਿਵ ਹੈ ਲਾਈਫ ਦਾ to have darshan of waigru experience waigru usda bahut hi simple answer gur nanak dev ji ne sanu jap ji sahib ditta hai ki amrit vele uth ke us par matma di vadhai karni usde naam da vichar karna aur fir guru ramdas ji sanu ek hor updesh dinde ne kyon amrit vela kyon important hai kyunki ye sada section 1 da answer question hai ga so guru sahib da jehda ਜਿਹੜਾ ਆਦੇਸ਼ ਹੈ ਜਿਹੜਾ ਸਾਡਾ ਸਾਡੇ ਵਾਸਤੇ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਇਹ ਹੈ ਕਿ ਗੁਰ ਸਤ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਇ ਧਿਆਵ ਹੈ ਸੋ ਉਹ ਇਹ ਹੈ ਕਿ ਜਿਹੜਾ ਇੱਕ ਆਪਣੇ ਆਪ ਨੂੰ ਗੁਰਸਿੱਖ ਕਹੇ ਲਾਂਦਾ ਹੈ ਗੁਰੂ ਦਾ ਉਹ ਹਰ ਸਵੇਰੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਧਿਆਂਦਾ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਸਪਸ਼ਟ ਹੋ ਰਿਹਾ ਗੁਰੂ ਸਾਹਿਬ ਦੇ ਬਾਣੀ ਦੇ ਥਰੂ ਸਪਸ਼ਟ ਹੋ ਰਿਹਾ ਹੈ ਕਿ ਸਾਨੂੰ ਐਜ਼ ਅ ਸਿੱਖ ਸਵੇਰੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਸੋ ਅੰਮ੍ਰਿਤ ਵੇਲਾ ਕਿਉਂ ਇੰਪੋਰਟੈਂਟ ਹੈ ਸੋ far ਅਸੀਂ ਜੋ ਸਿੱਖੇ ਹੋਏ ਹੈ ਕਿ ਪਰਮਾਤਮਾ ਦਾ ਪ੍ਰੇਮ ਔਰ ਦਰਸ਼ਨ ਲੈਣ ਵਾਸਤੇ ਅੰਮ੍ਰਿਤ ਵੇਲਾ ਜ਼ਰੂਰੀ ਹੈ ਔਰ ਗੁਰੂ ਦਾ ਸਿੱਖ ਅਖਾਂਡ ਵਾਸਤੇ ਅੰਮ੍ਰਿਤ ਵੇਲਾ ਜ਼ਰੂਰੀ ਹੈ ਸੋ ਦੋ ਹੋਗੇ ਰੀਜ਼ਨਸ ਵਾਈ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ ਇੱਕ ਹੋਰ ਰੀਜ਼ਨ ਲਓ ਗੁਰੂ ਸਾਹਿਬ ਸਾਨੂੰ ਇਹ ਦੱਸਦੇ ਨੇ ਕਿ ਅੰਮ੍ਰਿਤ ਵੇਲੇ ਦੀ ਕੀ ਇੰਪੋਰਟੈਂਸ ਹੈ ਔਰ ਉਹ ਇੰਪੋਰਟੈਂਸ ਇਹ ਹੈ ਕਿ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਪਰਮਾਤਮਾ ਦਾ ਜਿਹੜਾ ਵੈਲਥ ਹੈ ਜੋ ਉਹਨਾਂ ਦਾ ਖਜ਼ਾਨਾ ਹੈ ਉਸ ਦਾ ਇੱਕ ਸੀਡ ਹੈ ਔਰ ਉਹ ਸੀਡ ਜਿਹੜਾ ਹੈ ਉਹ ਅੰਮ੍ਰਿਤ ਵੇਲੇ ਦੇ ਦੌਰਾਨ ਹੀ ਲੱਗਦਾ ਹੈ ਔਰ ਅੰਮ੍ਰਿਤ ਵੇਲੇ ਦੇ ਲੱਗਿਆ ਹੋਇਆ ਜਿਹੜਾ ਉਹ ਸੀਡ ਹੈ ਜਿਹੜਾ ਉਹ ਨਾਮ ਦਾ ਮੈਡੀਟੇਸ਼ਨ ਦਾ ਸੀਡ ਹੈ ਉਹ ਕਦੀ ਵੀ ਮੁਕਦਾ ਨਹੀਂ ਹੈ ਸੋ ਸਪੈਸੀਫਿਕਲੀ ਗੁਰੂ ਸਾਹਿਬ ਸਾਨੂੰ ਇਸ ਪੰਕਤੀ ਦੇ ਵਿੱਚ ਇਹ ਦੱਸ ਰਹੇ ਨੇ ਕਿ ਅੰਮ੍ਰਿਤ ਵੇਲੇ ਦੇ ਦੌਰਾਨ ਨੰਬਰ 1 ਜਿੰਨੇ ਵੀ ਗੁਰਸਿੱਖ ਨੇ ਉਹਨਾਂ ਦਾ ਧਿਆਨ ਸੈਂਟਰ ਆਵਰ ਅਟੈਂਸ਼ਨ ਜਿਹੜਾ ਹੈ ਉਹ ਗੁਰੂ ਸਾਹਿਬ ਦੇ ਵੱਲ ਲੱਗਦਾ ਹੈ ਔਰ ਉਹ ਗੁਰੂ ਸਾਹਿਬ ਦੀ ਜਿਹੜੀ ਵੈਲਥ ਹੈ ਨਾਮ ਉਸ ਨੂੰ ਬੈਟਰ ਓਬਟੇਨ ਕਰ ਪਾਉਂਦੇ ਨੇ ਐਂਡ ਨੰਬਰ 2 ਜਿਹੜਾ ਉਹ ਸੀਡ ਪlant ਕਰਦੇ ਨੇ ਉਹ ਸੀਡ ਨੂੰ ਤੁਸੀਂ ਡਿਸਪਲਿਨ ਕਹਿ ਲਓ ਉਸ ਨੂੰ ਨਾਮ ਕਹਿ ਲਓ ਪਰ ਜਿਹੜਾ ਡਿਸਪਲਿਨ ਪlant ਕਰਦੇ ਨੇ ਸਪੈਸਫਿਕਲੀ ਅੰਮ੍ਰਿਤ ਵੇਲੇ ਦੇ ਦੌਰਾਨ ਉਹ ਧ੍ਰਿੜ ਬਣ ਜਾਂਦਾ ਇਟ ਬਿਕਮਸ ਸਟਰੋਂਗ ਟੂ ધ ਪੁਆਇੰਟ ਵੇਰ ਉਹ ਐਗਜ਼ੌਸਟ ਨਹੀਂ ਹੁੰਦਾ ਕਦੀ ਵੀ ਖਤਮ ਨਹੀਂ ਹੁੰਦਾ ਸੋ अर्ਲੀ ਓਨ ਪ੍ਰੈਜੈਂਟੇਸ਼ਨ ਦੇ ਵਿੱਚ ਅਸੀਂ ਐਸਟੈਬਲਿਸ਼ ਕਰ ਰਹੇ ਹਾਂ ਕਿ ਗੁਰੂ ਸਾਹਿਬ ਦਾ ਹਿਡਨ ਮੀਨਿੰਗ ਬਿਹਾਈਂਡ ਥੀਸ ਪੰਕਤੀਸ ਇਜ਼ ਏਟ ਅੰਮ੍ਰਿਤ ਵੇਲਾ ਇਜ਼ ਦਾ ਪਰਫੈਕਟ ਟਾਈਮ ਅ ਯੂਨੀਕ ਐਨਵਾਇਰਨਮੈਂਟ ਜਿੱਥੇ ਕਿ ਅਸੀਂ ਆਪਣੇ ਡਿਸਪਲਿਨ ਨੂੰ ਸਟਰੋਂਗ ਕਰ ਸਕਦੇ ਆਂ ਔਰ ਉਸ ਨੂੰ ਸਸਟੇਨ ਕਰ ਸਕਦੇ ਆਂ ਇਟਸ ਨੈਵਰ ਐਗਜ਼ੌਸਟਡ ਹੁਣ ਸਾਨੂੰ ਗੁਰਗ੍ਰੰਥ ਸਾਹਿਬ ਦੇ ਵਿੱਚੋਂ ਨੇਚਰ ਇਨਸਪਾਇਰਡ ਇੱਕ ਰੀਜ਼ਨਿੰਗ ਮਿਲਦੀ ਹੈ ਵੀ ਅੰਮ੍ਰਿਤ ਵੇਲਾ ਕਿਉਂ ਇੰਪੋਰਟੈਂਟ ਹੈ ਔਰ ਇਹ ਸ਼ਬਦ ਆਪ ਜੀ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਓਏ ਹੈ ਬਬੀਹਾ ਅੰਮ੍ਰਿਤ ਵੇਲ ਐ ਬੋਲਿਆ ਤਾਂ ਦਰ ਸੁਣੀ ਪੁਕਾਰ ਵੀ ਉਬ ਬੀਹਾ ਜਿਹੜਾ ਹੈ ਉਸਦੀ ਪੁਕਾਰ ਉਦੋਂ ਹੀ ਸੁਣੀ ਜਾਂਦੀ ਹੈ ਜਦੋਂ ਉਹ ਅੰਮ੍ਰਿਤ ਵੇਲੇ ਦੇ ਦੌਰਾਨ ਬੋਲਦਾ ਹੈ ਹੁਣ ਇੱਕ ਬਹੁਤ ਇੰਟਰਸਟਿੰਗ ਪੈਰਲਲ ਹੈ ਗੁਰੂ ਅਮਰਦਾਸ ਜੀ ਦੇ ਸ਼ਬਦ ਦੇ ਵਿੱਚ ਔਰ ਗੁਰੂ ਨਾਨਕ ਦੇਵ ਜੀ ਦੇ ਜਪਜੀ ਸਾਹਿਬ ਦੀ ਪੰਕਤੀ ਵਿੱਚ ਉਹ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਪੁੱਛਦੇ ਨੇ ਕਿ ਕੀ ਅਗੇ ਰੱਖਾਂ ਕੀ ਐਸਾ ਬੋਲਾਂ ਜਿਹਦੇ ਨਾਲ ਕਿ ਮੈਨੂੰ ਪਰਮਾਤਮਾ ਦਾ ਪ੍ਰੇਮ ਮਿਲ ਸਕਦਾ ਹੈ ਔਰ ਫਿਰ ਉਹ ਉੱਤਰ ਦਿੰਦੇ ਨੇ ਅੰਮ੍ਰਿਤ ਵੇਲਾ ਸਚਨਾਉ ਫਿਰ ਤੋਂ ਵਾਂਸ ਅਗੇਨ ਗੁਰੂ ਅਮਰਦਾਸ ਜੀ ਸਾਨੂੰ ਕਹਿ ਰਹੇ ਨੇ ਬਬੀਹਾ ਅੰਮ੍ਰਿਤ ਵੇਲੇ ਬੋਲੇਆ ਤਾਂ ਦਰ ਸੁਣੀ ਪੁਕਾਰ ਥੈਨ ਓਨਲੀ ਡਿਡ ਅਕਾਲਪੁਰ ਖਵਾਈ ਗੁਰੂ ਪੇਹੀਡ ਟੂ ਦੋਜ਼ ਕਾਲਸ ਤਾਂ ਅੰਮ੍ਰਿਤ ਵੇਲੇ ਦੇ ਦੌਰਾਨ ਹੀ ਬੋਲੇ ਬੋਲਿਆ ਸੀਗਾ ਬਬੀਹਾ ਤਾਂ ਹੀ ਉਹਨਾਂ ਨੇ ਉਸਦੀ ਪੁਕਾਰ ਸੁਣੀ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਐਂਡ ਸਾਨੂੰ ਨੇਚਰ ਇਨਸਪਾਇਰਡ ਇੱਕ ਲਰਨਿੰਗ ਮਿਲਦੀ ਹੈ ਸੋ ਏ ਹੋਗੀ ਇੰਪੋਰਟੈਂਸ ਫ্রম ਦਾ ਪਰਸਪੈਕਟਿਵ ਆਫ ਹੁਕਮਸ ਐਂਡ ਪਰਮਾਤਮਾ ਦੇ ਨਾਲ ਕਨੈਕਟ ਕਰਨ ਦੀ ਜਿਹੜੀ ਕਿ ਇੱਕ ਸਿੱਖ ਦੀ ਓਵਰਆਰਚਿੰਗ ਪਰਪਸ ਹੈ ਆਫ ਲਾਈਫ ਇੱਕ ਹੋਰ ਜਿਹੜੀ ਇੰਪੋਰਟੈਂਟ ਇਮਪਲੀਕੇਸ਼ਨ ਹੈਗੀ ਅੰਮ੍ਰਿਤ ਵੇਲੇ ਦੀ ਉਹ ਹੈ ਸਾਡੇ ਸਟੇਟ ਆਫ ਮਾਈਂਡ ਦੇ ਉੱਤੇ ਜਿਹੜਾ ਕਿ ਅਕਸਰ ਮੈਲ ਧੋਣ ਦੇ ਅਨਲੋਜੀ ਦੇ ਨਾਲ ਲਿੰਕਡ ਹੈਗੀ ਹੈ ਗੁਰਬਾਣੀ ਦੇ ਵਿੱਚ ਫਾਰ ਐਗਜ਼ਾਮਪਲ ਗੁਰੂ ਅਰਜਨ ਦੇਵ ਜੀ ਇਸ ਪੰਕਤੀ ਦੇ ਵਿੱਚ ਜਿਹੜੀ ਆਪ ਜੀ ਦੇ ਸਾਹਮਣੇ ਹੈ ਸਾਨੂੰ ਉਪਦੇਸ਼ ਦਿੰਦੇ ਨੇ ਕਿ ਸਵੇਰੇ ਪਰਬਾਤੇ ਪ੍ਰਭ ਨਾਮ ਜਪ ਸੋ ਸਵੇਰੇ ਉੱਠ ਕੇ ਜੇ ਤੁਸੀਂ ਪਰਮਾਤਮਾ ਦਾ ਨਾਮ ਜਪੋ ਤੇ ਨੈਕਸਟ ਪਾਰਟ ਗੁਰ ਕੇ ਚਰਨ ਧਿਆਏ ਸੋ ਤੁਸੀਂ ਨਾਮ ਜਪੋ ਔਰ ਗੁਰੂ ਦੇ ਚਰਨਾ ਦੇ ਉਤੇ ਉਹਨਾਂ ਦੇ ਨਾਮ ਵੱਲ ਧਿਆਨ ਲਗਾਓ ਫਿਰ ਕੀ ਹੁੰਦਾ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਇ ਜਨਮ অর ਮਰਨ ਦੀ ਜਿਹੜੀ ਫਿਲਥ ਹੈਗੀ ਹੈ ਮੈਲ ਜਿਹੜੀ ਹੈਗੀ ਹੈ ਉਹ ਉੱਤਰ ਜਾਂਦੀ ਹੈ ਜੇ ਅਸੀਂ ਸਪੈਸੀਫਿਕਲੀ ਪਰਬਾਤੇ ਸਵੇਰੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਗਾਈਏ ਹੁਣ ਮੈਂ ਇੱਕ ਡਿਸਟਿੰਕਸ਼ਨ ਮੇਕ ਕਰਨਾ ਚਾਹਨਾ ਕਿ ਗੁਰੂ ਸਾਹਿਬ ਇਹ ਨਹੀਂ ਕਹਰੇ ਵੀ ਜੇ ਤੁਸੀਂ ਹੋਰ ਦਿਨ ਦੇ ਕੋਈ ਵੀ ਪੈਧ ਤੇ ਵਿੱਚ ਪਾਠ ਕਰੋ ਨਾਮ ਜਪੋ ਤਾਂ ਉਸ ਦਾ ਕੋਈ ਯੂਸ ਨਹੀਂ ਹੈ ਗੁਰੂ ਸਾਹਿਬ ਇਹ ਕਹ ਰਹੇ ਨੇ ਕਿ ਅੰਮ੍ਰਿਤ ਵੇੜੇ ਦੀ ਸਪੈਸ਼ਲ ਇੰਪੋਰਟੈਂਸ ਕੀ ਹੈ ਅਬਵਨ ਬਿਯੋਂਡ ਸੋ ਇੱਕ ਡਿਸਟਿੰਕਸ਼ਨ ਬਹੁਤ ਜ਼ਰੂਰੀ ਹੈ ਹੁਣ ਇੱਕ ਹੋਰ ਐਗਜ਼ਾਮਪਲ ਗੁਰੂ ਅਰਜਨ ਦੇਵ ਜੀ ਦੇ ਪਾਣੀ ਵਿੱਚੋਂ ਜਿੱਥੇ ਕਿ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਕੀ ਅਸਰ ਹੋਏਗਾ ਕੌਜ਼ ਇਨ ਇਫੈਕਟ ਕੀ ਹੋਏਗਾ ਸਵੇਰੇ ਉੱਠ ਕੇ अर्ਲੀ ਇਨ ਦਾ ਮਾਰਨਿੰਗ ਗੁਰੂ ਦਾ ਨਾਮ ਜਪ ਕੇ ਉਹ ਇਹ ਹੈ ਕਿ ਜੇ ਤੁਸੀਂ ਸਵੇਰੇ ਉੱਠ ਕੇ ਨਾਮ ਜਪੋ ਐਂਡ ਗੁਰੂ ਸਾਹਿਬ ਨੂੰ ਥਰੂਆਊਟ ਦਾ ਡੇ ਯਾਦ ਰੱਖੋ ਸੋ ਦਿਸ ਇਜ਼ ਗੋਇੰਗ ਬੈਕ ਟੂ ਜੋ ਅਸੀਂ ਸਭ ਤੋਂ ਪਹਿਲੇ ਸਲਾਈਡ ਦੇ ਵਿੱਚ ਬੋਲਿਆ ਸੀਗਾ ਉਦੋਂ ਕੀ ਹੁੰਦਾ ਹੈ ਐਂਗਜ਼ਾਇਟੀ ਔਰ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਸਾਨੂੰ ਨੇੜੇ ਨਹੀਂ ਲੱਗਦੀਆਂ ਸੋ ਵਾਂਸ ਮੋਰ ਇੱਕ ਐਗਜ਼ਾਮਪਲ ਦੇ ਰਹੇ ਨੇ ਗੁਰੂ ਸਾਹਿਬ ਹੁਣ ਇਹ ਨੈਕਸਟ ਪੰਕਤੀ ਜਿਹੜੀ ਹੈ ਇਹ ਪਾਰਟਿਕੂਲਰਲੀ ਇੰਟਰਸਟਿੰਗ ਸੀਗੀ ਕਿਉਂਕਿ ਅਸੀਂ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਪੈਰਲਲਸ ਦੀ ਗੱਲ ਕਰ ਰਹੇ ਸੀਗੇ ਇੱਕ ਹੋਰ ਪੈਰਲਲ ਹੈਗਾ ਬਿਟਵੀਨ ਜੋ ਸਾਨੂੰ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਦੇ ਵਿੱਚ ਦੱਸਿਆ ਸੀਗਾ ਸੁੱਤਿਆ ਰਹਿਣ ਬਿਹਾਨੀ ਬਾਰੇ ਉਹੀ ਸੇਮ ਚੀਜ਼ ਸ਼ਲੋਕ ਫਰੀਦ ਜੀ ਦੇ ਵਿੱਚ ਭਗਤ ਸ਼ੇਖ ਫਰੀਦ ਜੀ ਦੇ ਬਾਣੀ ਵਿੱਚੋਂ ਸਾਨੂੰ ਮਿਲ ਰਿਹਾ ਉਹ ਕੀ ਹੈ ਕਿ ਜੇ ਫਰੀਦ ਸੋ ਫਰੀ ਜੀ ਖੁਦ ਇਹ ਬਿਆਨ ਕਰ ਰਹੇ ਨੇ ਇਸ ਰੈਫਰਿੰਗ ਟੂ ਹਿਮਸੈਲਫ ਉਹ ਇਹ ਕਹਿ ਰਹੇ ਨੇ ਵੀ ਜੇ ਸਵੇਰੇ ਸਵੇਰੇ ਅਰਲੀ ਆਵਰਸ ਤੋਂ ਸੋ ਡੌਨ ਤੋਂ ਪਹਿਲੇ ਸੂਰਜ ਉੱਠਣ ਤੋਂ ਪਹਿਲੇ ਜੇ ਤੁਸੀਂ ਨਹੀਂ ਉੱਠਦੇ ਤੇ ਉਸ ਦਾ ਇਕਵਿਵੈਲੈਂਟ ਹੈਗਾ ਆਫ ਬੀਇੰਗ ਡੈਡ ਔਰ ਡੈਡ ਨੂੰ ਤੁਸੀਂ ਇਸ ਕੇਸ ਦੇ ਵਿੱਚ ਅਸਲੀਪ ਕਹਿ ਸਕਦੇ ਹੋ ਔਰ ਅਸਲੀਪ ਨੂੰ ਤੁਸੀਂ ਇਕਵੇਟ ਕਰ ਸਕਦੇ ਹੋ ਵਿਦ ਬੀਇੰਗ ਇਗਨੋਰੈਂਟ ਹਨੇਰਾ ਜਿਹੜਾ ਹੁੰਦਾ ਹੈ ਆਫ ਯੋਰ ਭ੍ਰਮ ਤੁਹਾਡਾ ਜਿਹੜਾ ਡਾਊਟ ਹੈ ਮਾਇਆ ਹੈ ਜੋ ਵੀ ਹੈ ਸੋ ਰਾਈਟ ਅਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਇੱਕ ਹੋਰ ਪੈਰਲਲ ਮਿਲ ਰਿਹਾ ਹੈ ਕਿ ਸੁੱਤੇ ਰਹਿਣ ਦਾ ਔਰ ਅੰਮ੍ਰਿਤ ਵੇਲੇ ਦੇ ਦੌਰਾਨ ਨਾ ਉੱਠਣਾ ਉੱਠਣ ਦਾ ਉਹਨਾਂ ਨੇ ਸਾਨੂੰ ਅਨਾਲੋਗਸ ਐਗਜ਼ਾਮਪਲ ਦਿੱਤਾ ਆਫ ਬੀਇੰਗ ਕਲਾਊਡਡ ਬਾਈ ਡਾਊਟ ਐਂਡ ਬਟ ਆਲ ਹੋਪ ਇਜ਼ ਨਾਟ ਲੋਸਟ ਫਰੀ ਜੀ ਅਗਲੀ ਪੰਕਤੀ ਦੇ ਵਿੱਚ ਇਹ ਕਹਿੰਦੇ ਨੇ ਕਿ ਹੋ ਸਕਦਾ ਹੈ ਵੀ ਸੁੱਤਿਆਂ ਰਹਿਣ ਦੇ ਨਾਲ ਤੂੰ ਐਜ਼ ਇਨ ਦਾ ਪਰਸਨ ਬੜੋ ਆਪਣੇ ਆਪ ਨੂੰ ਰੈਫਰ ਕਰ ਰਹੇ ਨੇ ਵੀ ਪਰਮਾਤਮਾ ਨੂੰ ਭੁੱਲ ਗਏ ਹੋ ਬਟ ਪਰਮਾਤਮਾ ਤੁਹਾਨੂੰ ਨਹੀਂ ਭੁੱਲਿਆ ਸੋ ði opportunity is there ਇਹ ਬਹੁਤ ਜ਼ਰੂਰੀ ਹੈ this leads into our next slide ਕਿ ði opportunity is there ਪਰਮਾਤਮਾ ਨਹੀਂ ਤੁਹਾਨੂੰ ਭੁੱਲਿਆ ਬਟ ਤੁਸੀਂ ਭੁੱਲ ਗਏ ਹੋ ਸੋ ਹਾਊ ਕੈਨ ਵੀ ਚੇਂਜ ਥੈਟ ਸੋ ਉਸ ਦਾ ਜਿਹੜਾ ਚੇਂਜ ਹੈ ਉਹ ਇੱਕ ਐਕਸ਼ਨ ਪਲਾਨ ਸਾਨੂੰ ਗੁਰੂ ਰਾਮਦਾਸ ਜੀ ਨੇ ਦਿੱਤਾ ਹੈ ਉਹ ਕੀ ਹੈ ਉਹ ਇਹ ਹੈ ਉਦਮ ਕਰੇ ਭਲਕੇ ਪ੍ਰਭਾਤੀ ਇਸ ਨਾਨ ਕਰੇ ਅੰਮ੍ਰਿਤ ਸਰ ਨਾਵੈ ਕੀ ਉਦਮ ਕਰਕੇ ਸਵੇਰੇ ਉੱਠਣ ਦਾ ਕੀ ਟੈਕਨੀਕ ਹੈ ਉਦਮ ਕਰੋ ਸਵੇਰੇ ਤੜਕੇ ਉੱਠ ਕੇ ਨਹਾ ਕੇ ਆਪਣੇ ਆਪ ਨੂੰ ਕਲੈਂਸ ਕਰੋ ਔਰ ਨਾਮ ਦੇ ਵਿੱਚ ਲੀਨ ਕਰ ਲੋ ਸੋ ਇਹ ਸਾਨੂੰ ਇੱਕ ਇਨਸਪੀਰੇਸ਼ਨ ਇੱਕ ਮੋਟੀਵੇਸ਼ਨ ਮਿਲ ਰਹੀ ਹੈ ਐਸ ਐਨ ਐਕਸ਼ਨ ਪਲਾਨ ਗੁਰੂ ਰਾਮਦਾਸ ਜੀ ਕੋਣੋ ਉਹ ਕੀ ਹੈ ਸਵੇਰੇ ਜਲਦੀ ਉੱਠੋ ਐਂਡ ਸ਼ਾਵਰ ਕਰ ਲੋ ਇੱਕ ਹੋਰ ਐਕਸ਼ਨ ਪਲਾਨ ਜਿਹੜਾ ਕਿ ਸਾਨੂੰ ਗੁਰੂ ਅਰਜਨ ਦੇਵ ਜੀ ਦੇ ਸੋਰਠ ਰਾਗ ਦੇ ਬਾਣੀ ਦੇ ਵਿੱਚੋਂ ਮਿਲਦਾ ਹੈ ਉਹ ਇਹ ਹੈ ਕਿ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਵੀ ਸਵੇਰੇ ਉੱਠ ਕੇ ਵਾਂਸ ਅਗੇਨ ਇਸਨਾਨ ਨੂੰ ਐਮਫਸਿਸ ਕੀਤਾ ਜਾ ਰਿਹਾ ਹੈ ਇਹ ਮੇਰੇ ਖਿਆਲ ਨਾਲ ਚੌਥੀ ਗੁਰਬਾਣੀ ਦਾ ਐਗਜ਼ਾਮਪਲ ਹੈ ਜਿੱਥੇ ਕਿ ਕਲੈਂジング ਯੋਰਸੈਲਫ ਵੈਦਰ ਉਹ ਸਪਿਰਚੁਅਲੀ ਹੈ ਬਟ ਲਿਟਰਲੀ ਬਾਈ ਟੇਕਿੰਗ ਅ ਸ਼ਾਵਰ ਆਲਸੋ ਚੌਥਾ ਐਗਜ਼ਾਮਪਲ ਜਿਤੇ ਕੀ ਮਹਾਰਾਜ ਸਾਨੂੰ ਕਹਿ ਰਹੇ ਨੇ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਕੀ ਹੁੰਦਾ ਉਹਦਾ ਕਨਸੀਕੁਐਂਸ ਕੀ ਹੈ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਥੈਟ ਕਿੰਨੇ ਸਾਰੇ ਕੋਟ ਬਿਗਨ ਲੱਥ ਜਾਂਦੇ ਨੇ ਕਿੱਥੇ ਜਦੋਂ ਤੁਸੀਂ ਪਰਮਾਤਮਾ ਦੀ ਸ਼ਰਨ ਲੈਂਦੇ ਹੋ ਸੋ ਵਾਂਸ ਅਗੇਨ ਅੰਮ੍ਰਿਤ ਵੇਲੇ ਨੂੰ ਇੱਕ ਯੂਨੀਕ এনवायरमेंट ਦਾ ਕਾਈਂਡ ਆਫ ਅ ਨੇਮ ਦਿੱਤਾ ਜਾ ਰਿਹਾ ਔਰ ਯੂਨੀਕ এনवायरमेंट ਨੂੰ ਤਰ੍ਹਾਂ ਤਰ੍ਹਾਂ ਦੇ ਵਿੱਚ ਸਾਨੂੰ ਬਿਆਨ ਕੀਤਾ ਗਿਆ ਹੈ ਗੁਰੂ ਦੀ ਸਰਣ ਦਾ ਨਾਮ ਦਿੱਤਾ ਗਿਆ ਹੈ ਅੰਮ੍ਰਿਤ ਸਰਨਾਵੇ ਦਾ ਦਾ ਸਾਨੂੰ ਇੱਕ ਇੱਕ ਕਾਈਂਡ ਆਫ ਅਨੈਲੋਜੀ ਦਿੱਤੀ ਗਈ ਹੈ ਪਰ ਮੇਨ ਕੀ ਟੇਕ ਅਵੇ ਕੀ ਹੈ ਕਿ ਅੰਮ੍ਰਿਤ ਵੇਲਾ ਇੱਕ ਯੂਨੀਕ এনवायरमेंट ਹੈ ਜਿੱਥੇ ਕਿ ਨਾਟ ਓਨਲੀ ਆਰ ਯੂ ਮੋਰ ਰੀਸੈਪਟਿਵ ਪਰ ਬੀਹਾ ਜਿਹੜਾ ਉਹ ਬੋਲਦਾ ਹੈ ਜਾਂ ਸਵੇਰੇ ਫੇਰ ਕੀ ਅੱਗੇ ਰੱਖੀ ਹੈ ਅੰਮ੍ਰਿਤ ਵੇਲਾ ਸਚਨਾਵ ਬਟ ਇਟ ਸੀਮਸ ਦੈਟ ਪਰਮਾਤਮਾ ਵੀ ਉਸ ਟਾਈਮ ਦੇ ਉੱਤੇ ਕਨੈਕਸ਼ਨ ਈਜ਼ੀਅਰ ਹੈ ਬਬੀਹਾ ਵਾਸਤੇ ਵੀ ਤੁਹਾਡੇ ਵਾਸਤੇ ਵੀ ਫॉर एवरीवन ਸੋ ਇਟਸ ਇੰਪੋਰਟੈਂਟ ਟੂ ਰੈਕਗਨਾਈਜ਼ ਕਿ ਗੁਰਬਾਣੀ ਦੇ ਥਰੂ ਸਾਨੂੰ ਉਪਦੇਸ਼ ਇਹ ਮਿਲ ਰਿਹਾ ਹੈ ਕਿ ਨਾਟ ਓਨਲੀ ਸ਼ੁੱਡ ਯੂ ਵੇਕ ਅਪ अर्ਲੀ ਔਰ ਤੁਹਾਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਪਰ ਅੰਮ੍ਰਿਤ ਵੇਲਾ ਇੱਕ ਯੂਨੀਕਲੀ ਬੈਨੀਫੀਸ਼ੀਅਲ ਯੂਨੀਕਲੀ ਵੈਲਿਊਬਲ ਇੱਕ এনवायरमेंट ਹੈਗਾ ਵਿਚ ਬਾਈ ਨੋ ਕੋਇਨਸੀਡੈਂਸ ਦੈਟ ਇਜ਼ ਦ ਨੈਕਸਟ ਸਲਾਈਡ ਫਿਰ ਤੋਂ ਗੁਰੂ ਸਾਹਿਬ ਸਾਨੂੰ ਨੇਚਰ ਇਨਸਪਾਇਰਡ ਇੱਕ ਅਨਲੋਜੀ ਦੇ ਰਹੇ ਨੇ ਅੰਮ੍ਰਿਤ ਵੇਲੇ ਦੀ ਉਹ ਕੀ ਹੈ ਉਹ ਇਹ ਹੈ ਕਿ ਡਿਊਰਿੰਗ ਅੰਮ੍ਰਿਤ ਵੇਲਾ ਜਦੋਂ ਕਿ ਡਾਣ ਆਂਦੀ ਹੈ ਜਦੋਂ ਹਵਾ ਚੱਲਦੀ ਹੈ ਉਦੋਂ ਇੱਕ ਬਹੁਤ ਖੂਬਸੂਰਤ এনवायरमेंट ਕ੍ਰੀਏਟ ਕੀਤੀ ਗਈ ਹੈ ਉਹ ਕੀ ਹੈ ਕਿਸ ਚੀਜ਼ ਦੀ এনवायरमेंट ਹੈ ਉਹ এনवायरमेंट ਹੈਗੀ ਹੈ ਨਾਮ ਦੇ ਰੰਗ ਦੀ ਨਾਮ ਦੇ ਰੰਗ ਦੀ এনवायरमेंट ਸੋ ਵਾਂਸ ਅਗੇਨ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਇੱਕ ਯੂਨੀਕਲੀ ਵੈਲਿਊਬਲ ਡਿਜ਼ਾਈਨ ਹੈ ਜਿਹੜਾ ਕਿ ਪਾਰਟਿਕੂਲਰਲੀ ਇੰਪੋਰਟੈਂਟ ਹੈ ਸਿੱਖਾਂ ਵਾਸਤੇ ਕਿਉਂਕਿ ਸਾਨੂੰ ਹੁਕਮ ਹੈ ਪਰ ਉਹ ਇੱਕ ਐਸਾ এনਵਾਇਰਨਮੈਂਟ ਹੈ ਜਿਹੜਾ ਇੰਪੋਰਟੈਂਟ ਹੈ ਕਿਉਂਕਿ ਸਾਡੀ ਕਨੈਕਸ਼ਨ ਵਿਦ ਵਾਇਗਰੂ ਹੋਰ ਵੀ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਐਗਜ਼ਾਮਪਲਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਜਪਜੀ ਸਾਹਿਬ ਬਬੀਹਾ ਇਹ ਬਾਕੀ ਸਾਰੇ ਐਗਜ਼ਾਮਪਲਸ ਨੇ ਟੂ ਸ਼ੋ ਵੀ ਉਹ ਇੱਕ ਯੂਨੀਕਲੀ ਵੈਲਿਊਬਲ ਡਿਜ਼ਾਈਨ ਹੈ ਹੁਣ ਆਜਨ दैट ਇੰਟਰਐਕਟਿਵ ਕੰਪੋਨੈਂਟ ਸਾਡੇ ਪ੍ਰੈਜੈਂਟੇਸ਼ਨ ਦਾ ਸੋ ਇਸ ਤੇ ਵਿੱਚ ਅਸੀਂ ਹੁਣ ਇਹ ਗੱਲਬਾਤ ਕਰਾਂਗੇ ਵੀ ਜਿਹੜੇ ਬਾਕੀ ਦੇ 4 ਸੈਕਸ਼ਨ ਸੀਗੇ ਦਿਨ ਦੇ ਸੋ ਇਹ ਅਸੀਂ ਅੰਮ੍ਰਿਤ ਵੇਲਾ ਕਵਰ ਕਰ ਲਿਆ ਜਿਹੜੇ ਬਾਕੀ ਦੇ 4 ਸੈਕਸ਼ਨ ਨੇ ਉਹਨਾਂ ਵਿੱਚ ਅਸੀਂ ਕੀ ਐਸਾ ਕਰ ਸਕਦੇ ਹਾਂ ਜਿਹਦੇ ਨਾਲ ਕਿ ਬਜ਼ੁਰਗ ਸਾਨੂੰ ਕਹਿੰਦੇ ਹੁੰਦੇ ਨੇ ਅੰਮ੍ਰਿਤ ਵੇਲਾ ਸੰਭਾਲਿਆ ਜਾ ਸਕੇ ਸੋ ਅਸੀਂ ਕੀ ਐਸਾ ਕਰ ਸਕਦੇ ਹਾਂ ਜਿਹਦੇ ਨਾਲ ਕਿ ਅੰਮ੍ਰਿਤ ਵੇਲਾ ਸੰਭਾਲਿਆ ਜਾ ਸਕੇ ਸੋ ਫਿਰ ਤੋਂ ਮੈਂ ਆਪ ਜੀ ਨੂੰ ਰਿਕੁਐਸਟ ਕਰਾਂਗਾ ਸੰਗਤ ਜੀ ਨੂੰ ਵੀ ਤੁਸੀਂ ਚੈਟ ਬਾਕਸ ਦੇ ਵਿੱਚ ਕੁਝ ਆਪਣੇ ਸੁਜੈਸ਼ਨਸ ਲਿਖੋ ਜਿਹੜੇ ਕਿ ਤੁਸੀਂ ਯੂਜ਼ ਕਰਦੇ ਹੋ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਸਤੇ। ਦਿਨ ਦੇ ਵਿੱਚ ਅਸੀਂ ਕੀ ਐਸਾ ਕਰ ਸਕਦੇ ਹਾਂ ਜਿਸ ਦੇ ਨਾਲ ਕਿ ਅੰਮ੍ਰਿਤ ਵੇਲਾ ਸੰਭਾਲਿਆ ਜਾ ਸਕੇ। 슬ੀਪ 온 ਟਾਈਮ ਬਹੁਤ ਜ਼ਰੂਰੀ ਚੀਜ਼ ਹੈ ਯਾ ਮੇਰਾ ਹੁਣ ਬੈਂਡਡਟਰੀ ਸੰਗਤ ਪਾਰਟਿਸਪੀਸ਼ਨ ਇਹ ਹੋਏਗੀ ਕਿ ਜਦ ਤੱਕ 6 ਰਿਸਪਾਂਸਸ ਨਾ ਆ ਜਾਣ ਤਦ ਤੱਕ ਅਸੀਂ ਇਸੇ ਸਲਾਈਡ ਤੇ ਰਵਾਂਗੇ ਸੋ 2 ਆ ਗਏ ਨੇ ਉਹ ਉਸੇ ਬੜੇ 5 6 ਆ ਗਏ ਸੀ ਥੋੜਾ ਜਾ ਥੋੜਾ ਜਾ ਇਨਸੈਂਟਿਵ ਮਿਲਣਾ ਚਾਹੀਦਾ स्लीप ऑन टाइम सगा एक फिर दूसरा वेक अप अर्ली रिसाइट नाम किरत करना वंट छकना बिल्कुल ठीक फिर उस तो बाद रात में समय सिर सु जावना जावे बिल्कुल ठीक है हैव टू स्लीप इन टाइम अर्ली टू बेड बिल्कुल ठीक एक बड़ी इंटरेस्टिंग चीज़ हैगी है भी रात तो पहले इंटेंशन सैट करके सा भी मैं उठना है सवेरे मैं नाम जपना है मैं सिमरन करना है मैं बाणी पढ़नी है एंड सैड ऑफ जस्ट थिंकिंग भी ओके okay, मैं हूँ सात सवेर सवेर नी जाएगी ईट लाइट रात न इंटेंशन गैटअप बिफोर सनराइज कंप्लीट रिमेनिंग पार्ट ईट लाइट स्लीप अर्ली बिल्कुल ठीक है ये सारे आप जी दे ਸਜੈਸ਼ਨਸ ਨੇ ਔਰ ਟੈਕਨੀਕਸ ਨੇ ਦੇ ਆਰ 100% ਕਰੈਕਟ ਔਰ ਐਸ ਵੀ ਵਿਲ ਸੀ ਮੈਨੀ ਆਫ ਥੈਮ ਅਸੀਂ ਡਿਸਕਸ ਵੀ ਕਰਾਂਗੇ ਬਟ ਆਈ ਥਿੰਕ ਵਨ ਆਫ ਦੀ ਇੰਪੋਰਟੈਂਟ ਵਨਸ ਇਜ਼ ਇੰਟੈਂਟ ਵੀ ਜੇ ਇੰਟੈਂਟ ਦੇ ਨਾਲ ਸੌਂਗ ਹੈ ਤੇ ਤੁਹਾਨੂੰ ਤੁਹਾਡੇ ਬ੍ਰੇਨ ਨੂੰ ਇਹ ਪਤਾ ਹੈ ਵੀ ਮੈਂ ਸਵੇਰੇ ਕੀ ਕਰਨਾ ਹੈ ਉੱਠ ਕੇ ਸੋ ਤੁਸੀਂ ਮੋਟੀਵੇਟਿਡ ਹੋ ਟੂ ਵੇਕ ਅਪ ਐਂਡ ਆਬਵੀਅਸਲੀ ਜੇ ਕੋਈ ਤਰੀਕਾ ਹੈਗਾ ਜੇ ਕੋਈ ਮੈਕੈਨਿਜ਼ਮ ਹੈਗਾ ਜਿੱਥੇ ਕਿ ਤੁਸੀਂ ਸਵੇਰੇ ਆਪਣੇ ਆਪ ਨੂੰ ਰਿਮਾਈਂਡ ਕਰਾ ਸਕਦੇ ਹੋ ਕਿ ਤੁਸੀਂ ਉੱਠਣਾ ਹੈਗਾ ਔਰ ਮੈਂ ਕਿਉਂ ਉੱਠਣਾ ਹੈ ਤੇ ਮੇਬੀ ਦੈਟ ਵਿਲ ਹੈਲਪ ਯੂ ਆਊਟ ओके नेक्स्ट लाइन सो अगेन ए सारे जेडे कमेंट्स ने ਤੁਸੀਂ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਰੈਸ ਕੀਤੇ ਕਿ ਐਫਰਟ ਕਰੋ ਟੂ ਮੇਕ ਅਪ ਬਾਣੀ ਪਰ ਪੜੋ ਜਿਹੜੀ ਥਰਡ ਪਾਰਟ ਹੈ ਨਾ ਬਿਲਡ ਅ ਰਿਲੇਸ਼ਨਸ਼ਿਪ ਵਿਦ ਅ ਗੁਰੂ ਇਹ ਮੈਂ ਸੋਚ ਰਿਹਾ ਸੀਗਾ ਵੀ ਜਦੋਂ ਤਿਆਰੀ ਹੋ ਰਹੀ ਸੀਗੀ ਪ੍ਰੈਜੈਂਟੇਸ਼ਨ ਦੀ ਤੇ ਆਈ ਵਾਸ ਥਿੰਕਿੰਗ ਵੀ ਜਦੋਂ ਮੈਂ origianally ਪ੍ਰੈਜੈਂਟੇਸ਼ਨ ਬਣਾਈ ਸੀ ਵੀ ਵਟ ਵਟ ਵਾਸ ਆਈ ਥਿੰਕਿੰਗ ਵੈਨ ਆਈ ਰੋਟ ਦਿਸ ਤੇ ਮੈਨੂੰ ਫਿਰ ਧਿਆਨ ਆਇਆ ਕਿ ਇਸ ਦਾ ਇਹ ਮਤਲਬ ਹੈ ਕਿ ਬਿਲਡਰ ਰਿਲੇਸ਼ਨਸ਼ਿਪ ਵਿਦ ਅ ਗੁਰੂ ਮੀਨਸ ਥੈਟ ਜਦੋਂ ਅਸੀਂ ਸਵੇਰੇ ਉੱਠਦੇ ਆ ਅਸੀਂ ਜਦੋਂ ਨਿਤਨੇਮ ਪੜ੍ਹਦੇ ਆ ਜਾਂ ਸਿਮਰਨ ਕਰਦੇ ਆ ਜਦੋਂ ਨਾਮ ਅਭਿਆਸ ਕਰਦੇ ਆ ਸਵੇਰੇ ਜੋ ਵੀ ਸਾਡਾ ਰੁਟੀਨ ਹੈ ਸਿੱਖੀ ਦੇ ਰਿਲੇਟਡ ਤੇ ਅਸੀਂ ਇੱਕ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਆਪਣੇ ਮਾਈਂਡ ਨੂੰ ਇਕਜਿਤ ਕਰਕੇ ਤੇ ਮੈਡੀਟੇਟ ਕਰ ਰਹੇ ਆ ਐਂਡ ਤੁਸੀਂ ਇਸ ਤਰ੍ਹਾਂ ਸੋਚ ਸਕਦੇ ਹੋ ਕਿ ਜਿਹੜੇ ਸਾਡੇ ਗੁਰੂ ਸਾਹਿਬ ਨੇ ਔਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਉਹ ਬਾਣੀ ਦੇ ਵਿੱਚ ਮੈਨੀਫੈਸਟਡ ਨੇ ਹਾਜ਼ਰ ਨੇ ਉਥੇ ਸੋ ਜੇ ਤੁਸੀਂ ਆਪਣੀ ਰਿਲੇਸ਼ਨਸ਼ਿਪ ਬਣਾਓ ਗੁਰੂ ਸਾਹਿਬ ਦੇ ਨਾਲ ਤੇ ਸਵੇਰੇ ਉੱਠ ਕੇ ਤੁਸੀਂ ਕਿੰਨੂੰ ਵੇਟ ਕਰਾ ਰਹੇ ਹੋ ਜੇ ਤੁਸੀਂ ਨਾ ਉੱਠੋ ਸਾਰੀ ਸਵੇਰੇ ਔਰ ਤੁਸੀਂ ਯੂ نو ਅੰਮ੍ਰਿਤ ਵੇੜਾ ਨਹੀਂ ਸੰਭਾਲਦੇ ਤੇ ਹੂ ਇਸ ਵੇਟਿੰਗ ਫॉर ਯੂ ਤੁਹਾਡੀ ਕੌਣ ਉਡੀਕ ਕਰ ਰਿਹਾ ਹੈ ਇਨ ਅ ਵੇ ਬੇਸਡ ਔਨ ਥਿਸ ਲੌਜੀਕ ਤੁਸੀਂ ਚੈਟ 'ਚ ਲਿਖ ਸਕਦੇ ਹੋ ਵੇ ਮੈਟ ਥੋੜੀ ਸਲੋ ਆਂਦੀ ਹੈ ਆਮ ਗੋਇੰ ਟੂ ਗੈਸ ਸਮਨ ਸੈਡ ਗੁਰੂ ਸਾਹਿਬ ਰਾਈਟ ਥੇਰ ਵੀ ਗੋ ਯੈਸ ਗੁਰੂ ਬਿਲਕੁਲ ਠੀਕ ਜਦੋਂ ਤੁਸੀਂ ਸਵੇਰੇ ਉੱਠ ਨਹੀਂ ਪਾਉਂਦੇ ਇਸ ਲਾਜਿਕ ਤੋਂ ਕਿ ਜਦੋਂ ਤੁਸੀਂ ਪਾਠ ਕਰਦੇ ਹੋ ਬਾਣੀ ਪੜ੍ਹਦੇ ਹੋ ਤੁਸੀਂ ਗੁਰੂ ਸਾਹਿਬ ਦਾ ਇੱਕ ਤਰ੍ਹਾਂ ਆਵਾਹਨ ਕਰ ਰਹੇ ਹੋ ਉਹਨਾਂ ਦੇ ਨਾਲ ਬੈਠ ਕੇ ਸਿਮਰਨ ਕਰ ਰਹੇ ਹੋ ਉਹਨਾਂ ਦੇ ਨਾਲ ਬੈਠ ਕੇ ਬਾਣੀ ਪੜ ਰਹੇ ਹੋ ਤੁਸੀਂ ਗੁਰੂ ਸਾਹਿਬ ਨੂੰ ਵੇਟ ਕਰਾ ਰਹੇ ਹੋ ਤੁਸੀਂ ਉਹਨਾਂ ਨੂੰ ਕਾਈਂਡ ਆਫ ਗੋਸਟ ਕਰਤਾ ਜਿਸ ਤਰ੍ਹਾਂ ਅੱਜ ਦੇ ਜਮਾਨੇ ਚ ਜਦੋਂ ਅਸੀਂ ਟੈਕਸਟ ਮੈਸੇਜ ਕਰਦੇ ਆਂ ਜਿਹੜੇ ਬੱਚੇ ਨੇ ਤੁਸੀਂ ਸਮਝ ਪਾਓਗੇ ਇਸ ਕਾਲ ਨੂੰ ਕਿ ਜੇ ਕਿਸੇ ਨੂੰ ਨਾ ਜਵਾਬ ਦਿਓ ਤੇ ਉਹਨੂੰ ਕਹਿੰਦੇ ਨੇ ਸੀ ਗੋਸਟ ਕਰਤਾ ਉਹਨੂੰ ਵਾਪਸ ਜਵਾਬ ਹੀ ਨਹੀਂ ਦਿੱਤਾ ਅਸੀਂ ਇਸ ਤਰ੍ਹਾਂ ਕਰ ਰਹੇ ਆਂ ਮਹਾਰਾਜ ਦੇ ਨਾਲ ਅਸੀਂ ਗੁਰੂ ਸਾਹਿਬ ਨੂੰ ਗੋਸਟ ਕਰ ਰਹੇ ਆਂ ਰਾਈਟ ਸੋ obviously esta esta i i don't mean to say we guru sahib gosse ho rahe ne or something right obviously not but the thing is relationship is tarah hi band that's a two way street right jis tarah jehde toronto wali sangat vich jo pehna hai giyan ne ek shabad padde ne jestah ki arth e hai ki je tusi ek kadam lao guru de val nu te guru jehda koot penda aage hoye let hai we take several steps towards you ਸੋ ਜੇ ਤੁਸੀਂ ਆਪਣੀ ਐਂਡ ਆਫ ਦਾ ਬਾਰਗੇਨ ਨਹੀਂ ਮੈਨੇਜ ਕਰ ਰਹੇ ਤੇ ਗੁਰੂ ਸਟਿਲ देयर राइट ਬਟ ਤੁਸੀਂ ਕਿਤੇ ਮੀਟ ਨਹੀਂ ਕਰ ਰਹੇ ਗੁਰੂ ਨੂੰ ਸੋ ਦੈਟਸ ਆਈ ਥਿੰਕ ਦਾ ਮੇਨ ਆਈਡੀਆ ਆਫ ਬਿਲਡਿੰਗ ਅ ਰਿਲੇਸ਼ਨਸ਼ਿਪ ਵਿਦ ਅ ਗੁਰੂ ਓਕੇ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਕਿ ਸ਼ਾਇਦ ਸੰਗਤ ਜੀ ਨੇ ਮੈਂਸ਼ਨ ਕੀਤੀ ਸੀ ਬਟ ਦੁਬਾਰਾ ਕਹਿਣਾ ਚਾਹਾਂਗਾ ਇਜ਼ ਦੈਟ ਆਪਣੀ ਐਜ਼ ਅ ਗੁਰਸਿੱਖ ਇੱਕ ਰਿਸਪੌਂਸਿਬਿਲਟੀ ਹੈਗੀ ਹੈ ਟੂ ਰਿਮੇਨ ਚੜ੍ਹਦੀ ਕਲਾ ਐਂਡ ਫਿਟ ਬੋਥ ਸਪਿਰਚੁਅਲੀ ਐਂਡ ਫਿਜ਼ਿਕਲੀ ਕਿਉਂਕਿ ਅਸੀਂ ਖਾਲਸੇ ਆਂ ਔਰ ਸਾਡਾ ਸਾਡੀ ਜਿਹੜੀ ਡਿਊਟੀ ਹੈ ਉਹ ਹੈ ਚੜ੍ਹਦੀ ਕਲਾ ਐਂਡ ਧਰਮ ਧਰਮ ਰਾਜ ਕਰਨਾ ਵੇਅਰਐਵਰ ਵੀ ਆਰ ਔਰ ਜੇ ਅਸੀਂ ਖੁਦ ਚੜ੍ਹਦੀ ਕਲਾ ਵਿੱਚ ਨਹੀਂ ਹੈਗੇ ਜੇ ਅਸੀਂ ਖੁਦ ਦੇ ਵਿਕਾਰਾਂ ਨੂੰ ਫਿਜ਼ੀਕਲ ਮੈਂਟਲ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਅਸੀਂ ਚੜ੍ਹਦੀ ਕਲਾ ਬਾਕੀ ਥਾਵਾਂ ਤੇ ਕਿਦਾਂ ਫਲਾਵਾਂਗੇ ਅਸੀਂ ਧਰਮ ਰਾਜ ਕਿਸ ਤਰ੍ਹਾਂ ਸਥਾਪਿਤ ਕਰਾਂਗੇ ਉਸਦਾ ਇੱਕ ਰਿਸਪੌਂਸ ਇਹ ਹੈ ਕਿ ਜੈਸੀ ਆਪਨੇ ਆਪ ਨੂੰ ਹੈਲਦੀ ਰੱਖ ਸਕੀ ਹੈ ਐਂਡ ਮੈਨੀ ਆਫ ਯੂ ਸੈਡ ਵੀ ਜੈਸੀ ਲਾਈਟ ਖਾਓ ਉਸਦਾ ਇਹ ਮਤਲਬ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਹੈਲਦੀ ਨਿਊਟ੍ਰੀਸ਼ਸ ਚੀਜ਼ਾਂ ਦੇ ਨਾਲ ਫਿਲ ਕਰੋ ਆਪਣੇ ਸ਼ਰੀਰ ਨੂੰ ਤੇ ਉਸਦਾ ਇੱਕ ਸਪਿਰਚੁਅਲ ਕਨੈਕਸ਼ਨ ਹੈਗਾ ਉਹ ਕਿਸ ਤਰ੍ਹਾਂ ਹੈ ਗੁਰੂ ਸਾਹਿਬ ਆਪਣੀ ਗੁਰ ਆਪਣੀ ਬਾਣੀ ਨੇ ਵੀ ਸਾਨੂੰ ਇਹ ਦੱਸਦੇ ਨੇ ਕਿ ਫਿਟਹਿਵਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸਮਨ ਹੈ ਤੋ ਕੀ ਬਿਨਾ ਫਰਸਟਲੀ ਉਹ ਲਾਈਫ ਜਿੱਥੇ ਕਿ ਤੁਸੀਂ ਸਿਰਫ ਖਾਣ ਦੇ ਪਿੱਛੇ ਹੈਗੇ ਹੋ ਜਿੱਥੇ ਕਿ ਆਪਣੀ ਬੈਲੀ ਨੂੰ ਫਿਲ ਕਰਨ ਵਾਸਤੇ ਤੁਸੀਂ ਖਾਈ ਜਾ ਰਹੇ ਹੋ ਉਹ ਹੈਗਾ ਫਿਟ ਉਹ ਕਰਸਟ ਹੈਗਾ ਲਾਈਫ ਇਸ ਨੂੰ ਅਸੀਂ ਜੇ ਇੱਕ ਲੈਂਸ ਤੋਂ ਦੇਖੀਏ ਆਫ ਅੰਮ੍ਰਿਤ ਵੇਲਾ ਤੇ ਸਾਨੂੰ ਗੁਰੂ ਸਾਹਿਬ ਦਾ ਇੱਕ ਆਦੇਸ਼ ਹੈਗਾ ਕਿ ਜਦੋਂ ਅਸੀਂ ਖਾਣਿਆ ਆਪਣੀ ਬੈਲੀ ਨੂੰ ਸਿਰਫ ਭਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਉਦੋਂ ਅਸੀਂ ਮੱਚ ਮੋਰ ਫਰੂਟਫੁਲ ਵਿਦਾਊਟ ਪੋਇਜ਼ਨ ਵਾਲੀ ਲਾਈਫ ਵਿਦਾਊਟ ਕਰਸ ਵਾਲੀ ਲਾਈਫ ਜੀ ਸਕਦੇ ਹਾਂ ਇਸ ਦਾ ਇੱਕ ਹੋਰ ਐਗਜ਼ਾਮਪਲ ਹੈ ਵਿਦਰ ਇਨ आवर ओन ਕਮਿਊਨਿਟੀ ਜਿੱਤੇ ਕਿ ਸਾਡੇ ਤੋਂ ਕਿੰਨੇ ਜ਼ਿਆਦਾ ਬਜ਼ੁਰਗ ਐਲਡਰਲੀ ਕਮਿਊਨਿਟੀ ਮੈਂਬਰ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਫਿੱਟ ਰਹਿੰਦੇ ਨੇ ਔਰ ਇੱਕ ਐਗਜ਼ਾਮਪਲ ਹੈਗਾ ਸਰਦਾਰ ਫੌਜਾ ਸਿੰਘ ਜਿਨ੍ਹਾਂ ਨੇ ਕਿ ਰੀਸੈਂਟਲੀ ਆਪਣਾ 110th ਬਰਥਡੇ ਕੰਪਲੀਟ ਕੀਤਾ ਸੀਗਾ ਹੀ ਇਸ ਅਮੰਗਸਟ ਦੀ ਓਨਲੀ ਪੀਪਲ ਐਂਡ ਦੀ 올ਡੇਸਟ ਪੀਪਲ ਔਨ ਆਵਰ ਐਂਟਾਇਰ ਪਲੈਨਟ ਜਿਨ੍ਹਾਂ ਨੇ ਕਿ ਮੈਰਾਥਨ ਰੇਸਸ ਕੰਪਲੀਟ ਕੀਤੀਆਂ ਨੇ ਬਹੁਤ ਬਹੁਤ ਲੰਬੇ ਡਿਸਟੈਂਸਸ ਦੀਆਂ ਸੋ ਥੈਟ ਗਿਵਸ ਯੂ ਥੈਟ ਗਿਵਸ ਯੂ ਐਨ ਐਗਜ਼ਾਮਪਲ ਕਿ ਹੈਲਦੀ ਖਾ ਕੇ ਔਰ ਫਿਟ ਰਹਿ ਕੇ ਮਨ ਨੂੰ ਚੜ੍ਹਦੀ ਕਲਾ ਵਿੱਚ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਔਰ ਚੜਦੀ ਕਲਾ ਦੀ ਸੀ ਗੱਲ ਕਰ ਰਹੇ ਸੀਗੇ ਵੈਲ ਦੈਟਸ ਦ ਨੈਕਸਟ ਟਾਪਿਕ ਵਿਚ ਇਜ਼ ਦ ਲਾਸਟ ਸੈਗਮੈਂਟ ਜਿਹਨੂੰ ਕੀ ਰਾਤ ਦਾ ਜਿਹੜਾ ਸਮੇਂ ਆ ਜਾਂਦਾ ਇਵਨਿੰਗ ਨਾਈਟ ਟਾਈਮ ਆਫਟਰਨੂਨ ਸੋ ਵਾਂਸ ਅਗੇਨ ਉਹ ਚੜਦੀ ਕਲਾ ਵਿੱਚ ਰਹਿਣ ਦੀਆਂ ਟਿਪਸ 슬ੀਪ अर्ਲੀ ਇੱਕ ਸਕੈਜੂਲ ਬਣਾਉ ਜੇ ਇੰਟੈਂਟ ਦਿਨ ਆਰ ਸੌਂਗ ਔਰ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਅਭੀ ਜੇ ਤੁਸੀਂ ਇੱਕ ਵਾਰੀ ਵਨ ਗੋ ਦੇ ਵਿੱਚ ਸਵੇਰੇ ਉੱਠ ਨਹੀਂ ਸਕਦੇ ਤੇ ਸਟਾਰਟ ਸਮਾਲ ਥੋੜਾ ਜਆ ਪਹਿਲੇ ਯੂ نو 8 ਵਜੇ ਉੱਠ ਕੇ ਜੇ ਤੁਸੀਂ ਲੇਟ ਉੱਠਦੇ ਹੋ 7 ਵਜੇ ਉੱਠ ਕੇ ਵਿੱਚ 6 ਵਜੇ ਉੱਠ ਕੇ ਐਂਡ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਇਫ ਯੂ ਵੇਕ ਅਪ ਬਹੁਤ ਸਵੇਰੇ ਜੇ ਤੁਸੀਂ ਉੱਠਦੇ ਹੋ ਜਲਦੀ ਤੇ ਉਹਨੂੰ ਸਪਲੀਮੈਂਟ ਕਰੋ ਆਪਣੀ ਆਪਣੀ ਸਲੀਪ ਨੂੰ ਵਿਦ ਅ ਨੈਪ ਰਾਈਟ ਆਫਟਰ ਯੋਰ ਨਿੱਤ ਨੇਮ ਜਾਂ ਡਿਊਰਿੰਗ ਦਾ ਡੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੈ ਕਿ ਸਾਡੇ ਇੱਥੇ ਕੈਲਬਰੀ ਵਿੱਚ ਅਸੀਂ ਕੈਂਪ ਕੀਤਾ ਸੀਗਾ ਜਿੱਤੇ ਕਿ ਏਵਰੀ ਡੇ ਏਵਰੀ ਮਾਰਨਿੰਗ 3 ਵਜੇ ਸਾਰੇ ਜਣੇ ਰੈਡੀ ਹੁੰਦੇ ਸੀਗੇ ਬਾਹਰ ਪ੍ਰਭਾਤ ਫੇਰੀ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਔਰ ਉੱਥੇ ਜਾ ਕੇ ਤੇ ਪਹਿਲੇ ਪ੍ਰਕਾਸ਼ ਹੁੰਦਾ ਸੀਗਾ ਅਰਦਾਸ ਹੁੰਦੀ ਸੀ ਹੁਕਮਨਾਮਾ ਹੁੰਦਾ ਸੀਗਾ ਤੇ ਆਸਾ ਦੀਵਾਰ ਹੁੰਦਾ ਸੀਗਾ ਉਸ ਤੋਂ ਬਾਅਦ ਸਾਨੂੰ ਡੈਡੀਕੇਟਿਡ ਇੱਕ ਟਾਈਮ ਮਿਲਿਆ ਸੀਗਾ ਸੌਣ ਵਾਸਤੇ ਨੈਪ ਕਰਨ ਵਾਸਤੇ ਸੋ ਪਲੀਜ਼ ਪਲੀਜ਼ ਨੈਪਸ ਲਓ ਔਰ ਆਪਣੀ ਸਲੀਪ ਨੂੰ ਸਪਲੀਮੈਂਟ ਕਰੋ ਐਂਡ ਫਾਈਨਲੀ ਐਟ ਦੀ ਐਂਡ ਆਫ ਦਾ ਡੇ ਰਹਿਰਾ ਸਾਹਿਤ ਕੀਰਤਨ ਸਵੇਲਾ ਦਾ ਟਾਈਮ ਆਂਦਾ ਜਿੱਥੇ ਕਿ ਅਸੀਂ ਸਾਰੇ ਦਿਨ ਨੂੰ ਰਿਫਲੈਕਟ ਕਰਦੇ ਆਂ ਔਰ ਦੁਬਾਰਾ ਤੋਂ ਰੀਚਾਰਜ ਕਰਦੇ ਆਂ ਸਵੇਰੇ ਅਮਰਤ ਵੇਲੇ ਉੱਠਣ ਵਾਸਤੇ ਹੁਣ ਇਹ ਸਾਡੀ ਲਾਸਟ ਸਲਾਈਡ ਹੈ ਪ੍ਰੈਜੈਂਟੇਸ਼ਨ ਦੀ ਔਰ ਸਭ ਤੋਂ ਜ਼ਿਆਦਾ ਸ਼ਾਇਦ ਜ਼ਰੂਰੀ ਵੀ ਹੈ ਅਸੀਂ ਸਾਰੇ ਟੈਕਨੀਕਸ ਦੀਆਂ ਗੱਲ ਕੀਤੀਆਂ ਟਿਪਸ ਦੀਆਂ ਗੱਲ ਕੀਤੀਆਂ ਪਰ ਸਭ ਤੋਂ ਵੱਡੀ ਟਿਪ ਸਭ ਤੋਂ ਵੱਡੀ ਟੈਕਨੀਕ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਇਹ ਕਰੀਏ ਅਰਦਾਸ ਕਿ ਸਾਨੂੰ ਉਦਮ ਬਖਸ਼ਣ ਸਾਨੂੰ ਹਿੰਮਤ ਬਖਸ਼ਣ ਸਾਨੂੰ ਸਾਡੇ ਉਤੇ ਕਿਰਪਾ ਕਰਨ ਕਿ ਅਸੀਂ ਸਵੇਰੇ ਉੱਠ ਸਕੀਏ ਉਹਨਾਂ ਦਾ ਨਾਮ ਜਪ ਸਕੀਏ ਅੰਮ੍ਰਿਤ ਵੇਲੇ ਨੂੰ ਸੰਭਾਲ ਸਕੀਏ ਕਿਉਂਕਿ ਆਲਦੋ ਸਾਨੂੰ ਲੱਗਦਾ ਕਿ ਸਾਡੇ ਵਿੱਚ ਬਹੁਤ ਪਾਵਰ ਹੈ ਸਾਨੂੰ ਲੱਗਦਾ ਕਿਸੀਂ ਬਹੁਤ ਇੰਟੈਲੀਜੈਂਟ ਆ ਸਾਨੂੰ ਬਹੁਤ ਟਿਪਸ ਪਤਾ ਨੇ ਟ੍ਰਿਕਸ ਪਤਾ ਨੇ ਬਟ ਐਟ ਦੀ ਐਂਡ ਆਫ ਦਾ ਡੇ ਉਹ ਸਭ ਕੁਝ ਕਿਉਂ ਹੁੰਦਾ ਹੈ ਉਹ ਗੁਰੂ ਸਾਹਿਬ ਦੀ ਮਿਹਰ ਨਾਲ ਹੁੰਦਾ ਹੈ ਉਹਨਾਂ ਦੀ ਹੁਕਮ ਦੇ ਨਾਲ ਹੁੰਦਾ ਸੋ ਅਸੀਂ ਐਟ ਦੀ ਐਂਡ ਜੇ ਸਰੈਂਡਰ ਕਰਦੀਏ ਗੁਰੂ ਸਾਹਿਬ ਨੂੰ ਸਵੇਰੇ ਸਾਨੂੰ ਉਠਾਣਗੇ ਵੀ ਗੁਰੂ ਸਾਹਿਬੀ ਸਾਨੂੰ ਸਵੇਰੇ ਪਾਠ ਵੀ ਗੁਰੂ ਸਾਹਿਬ ਦੇ ਹੀ ਨਾਲ ਸਾਡੇ ਹੋਏਗਾ ਉਹ ਸਾਨੂੰ ਆਪ ਖੁਦ ਕਰਾਣਗੇ ਔਰ ਇਹ ਅੰਡਰਸਟੈਂਡਿੰਗ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜ ਜਿ ਕਿ ਆਪ ਜੀ ਸਾਰੇ ਜਾਣਦੇ ਹੋ ਤੇ ਇਸ ਦੇ ਨਾਲ ਹੀ ਸਾਡੀ ਪ੍ਰੈਜੈਂਟੇਸ਼ਨ ਦੀ ਕਲੋਜ਼ ਹੈ ਤੇ ਮੈਂ ਆਪਣੀ ਸਕਰੀਨ ਨੂੰ ਸਟਾਪ ਸ਼ੇਅਰ ਕਰਕੇ ਆਪ ਜੀ ਦੇ ਨਾਲ ਸਟੋਰੀ ਸ਼ੇਅਰ ਕਰਨਾ ਚਾਹਾਂਗਾ ਜਿਹੜੀ ਥੋੜੀ ਜੀ ਸ਼ਾਇਦ ਤੁਹਾਨੂੰ ਇਨਸਪੀਰੇਸ਼ਨਲ ਲੱਗੇ ਔਰ ਹੈਲਪ ਕਰੇ ਉਹ ਇਹ ਹੈ ਕਿ ਸਾਡੇ ਇੱਥੇ ਗੁਰਦੁਆਰੇ ਜਿਹੜਾ ਵੱਡਾ ਗੁਰਦੁਆਰਾ ਹੈਗਾ ਉੱਥੇ ਇੱਕ ਗ੍ਰੰਥੀ ਸਿੰਘ ਹੁੰਦੇ ਸੀਗੇ ਜਿਹੜੇ ਸਾਰੇ ਬੱਚਿਆਂ ਨੂੰ ਸੰਥਿਆ ਪੜਾਉਂਦੇ ਸੀਗੇ ਉਹਨਾਂ ਨੂੰ ਪੰਜਾਬੀ ਪੜਾਉਂਦੇ ਸੀਗੇ ਰਾਈਟ ਹੀ ਵਾਸ ਲਾਈਕ ਅ ਰੀਲੀ ਨਾਈਸ ਫਿਗਰ ਆਫ ਦਾ ਕਮਿਊਨਿਟੀ ਔਰ ਉਹਨਾਂ ਨੇ ਸਾਨੂੰ ਇੱਕ ਵਾਰੀ ਇੱਕ ਸਟੋਰੀ ਦੱਸੀ ਅੰਮ੍ਰਿਤ ਵੇਲੇ ਬਾਰੇ ਐਨ ਉੱਥੇ ਆਬਵੀਅਸਲੀ ਯੂ نو ਸਾਰੀ ਸੰਗਤ ਯੰਗ ਬੱਚੇ ਬੈਠੇ ਸੀਗੇ ਸੋ ਥੋੜੀ ਜੀ ਯੰਗਰ ਆਡੀਅנס ਨੂੰ ਹੈਗੀ ਹੈ ਪਰ ਉਹ ਇਹ ਹੈ ਸਟੋਰੀ ਕਿ ਉਹਨਾਂ ਨੇ ਸਾਨੂੰ ਇਹ ਕਹਿ ਵੀ ਤੁਸੀਂ ਅਕਸਰ ਜਿਮ ਜਾ ਕੇ ਜਾਂ ਘਰ ਐਕਸਰਸਾਈਜ਼ ਕਰਦੇ ਹੋ ਭਾਰੇ ਭਾਰੇ weight ਚੁੱਕਦੇ ਹੋ ਤੁਸੀਂ ਆਪਣੇ ਆਪ ਨੂੰ ਵਿਲ ਕਰਕੇ ਤੇ ਗੁੱਡ ਲਾਈਫ ਜਾ ਕੇ ਜਾਂ ਹੋਰ ਕਿਤੇ ਜਾ ਕੇ ਤੁਸੀਂ ਟ੍ਰੈਡਮਿਲ ਤੇ ਭੱਜਦੇ ਹੋ ਹੋਰ ਚੀਜ਼ਾਂ ਕਰਦੇ ਹੋ ਜੇ ਤੁਹਾਡੇ ਵਿੱਚ ਇੰਨਾ ਹਿੰਮਤ ਹੈਗੀ ਹੈ ਵੀ ਤੁਸੀਂ ਭਾਰੇ ਡੰਬਲਸ ਚੁੱਕ ਸਕੋ ਬੈਂਚ ਪ੍ਰੈਸ ਕਰ ਸਕੋ ਹੋਰ ਚੀਜ਼ਾਂ ਕਰ ਸਕੋ ਡੈੱਡ ਲਿਫਟਸ ਕਰ ਸਕੋ ਇੰਨਾ ਜੋਰ ਹੈਗਾ ਜੇ ਤੁਹਾਡੇ ਵਿੱਚ ਤੇ ਸਵੇਰੇ ਤੁਹਾਡੇ ਕੋਲ ਇੰਨਾ ਵੀ ਜ਼ੋਰ ਨਹੀਂ ਹੁੰਦਾ ਵੀ ਤੁਸੀਂ ਕੰਬੜ ਉਠਾ ਸਕੋ ਜਿਹੜਾ ਕਿ ਰਿਲੇਟਿਵਲੀ ਹਲਕੀ ਚੀਜ਼ ਹੁੰਦੀ ਹੈ ਉਸ ਦਾ ਮਤਲਬ ਇਹ ਹੈ ਕਿ ਡਿਸਪਲਨ ਔਰ ਵੈਲ ਪਾਵਰ ਸਭ ਤੋਂ ਜ਼ਿਆਦਾ ਉੱਤੇ ਹੈ ਔਰ ਜਿਹੜੇ ਐਥਲੀਟਸ ਜਾਂ ਯੰਗ ਬੱਚੇ ਆਪਣੇ ਆਪ ਨੂੰ ਪ੍ਰਾਈਡ ਕਰਦੇ ਨੇ ਕਿ ਅਸੀਂ ਯੂ ਨੋ 500 ਪਾਉਂਡ ਬੈਂਚ ਪ੍ਰੈਸ ਕਰ ਸਕਦੇ ਹਾਂ ਜਾਂ ਅਸੀਂ ਯੂ ਨੋ 50 ਪਾਉਂਡ 50 ਕਿਲੋ ਸੌਰੀ ਡੰਬਲ ਪ੍ਰੈਸ ਕਰ ਸਕਦੇ ਹਾਂ ਉਹਨਾਂ ਨੂੰ ਇਹ ਉਹਨਾਂ ਨੇ ਐਗਜ਼ਾਮਪਲ ਦਿੱਤਾ ਵੀ ਤੁਸੀਂ ਸਵੇਰੇ ਕੰਬਲ ਉਠਾ ਕੇ ਦਿਖਾਓ ਫਿਰ ਉਸ ਤੋਂ ਬਾਅਦ ਤੁਹਾਡਾ ਐਕਸਰਸਾਈਜ਼ ਜਿਹੜੀ ਹੈ ਉਹ ਸਫਲ ਹੋਏਗੀ ਸੋ ਜਸਟ ਐਸ ਅ ਵੇ ਆਫ ਅ ਸਟੋਰੀ ਇਸੇ ਦੇ ਨਾਲ ਹੀ ਪ੍ਰੈਜੈਂਟੇਸ਼ਨ ਦੀ ਸਮਾਪਤੀ ਹੈ ਜੇ ਗੁਰਬਾਣੀ ਪੰਕਤੀਆਂ ਪੜਦਿਆਂ ਹੋਇਆਂ ਕੋਈ ਵੀ ਵਿਚਾਰ ਕਰਦਿਆਂ ਹੋਇਆਂ ਗਲਤੀ ਹੋ ਗਈ ਹੋਏ ਤੇ ਆਪਜੀ ਗੁਰੂ ਰੂਪ ਸੰਗਤ ਕੋਲੋਂ ਮਾਫੀ ਚਾਹਨਾ ਤੇ ਆਪਜੀ ਦੀ ਬਲੇਸਿੰਗਸ ਸੀਕ ਕਰਦਾ ਵੀ ਅੱਗੇ ਤੋਂ ਬੈਟਰ ਕਰ ਸਕਾਂ ਤੇ ਇਸੇ ਦੇ ਨਾਲ ਹੀ ਦੀਵਾਨ ਆਪਣਾ ਨਾਟ ਦੀਵਾਨ ਜਿਹੜਾ ਪ੍ਰੈਜੈਂਟੇਸ਼ਨ ਹੈ ਉਸ ਦੀ ਸਮਾਪਤੀ ਹੈ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਯੂਵਰਾਜ ਸਿੰਘ ਜੀ ਸਰ ਰੀਲੀ ਗ੍ਰੇਟ ਪ੍ਰੈਜੈਂਟੇਸ਼ਨ ਰਾਤ ਨੂੰ ਟਾਈਮ ਨਾਲ ਸਾਵੋ